हाँ जी, सत श्री अकाल मेरे प्यारे दोस्तों, स्वागत है तुहाडा साडे प्लेटफॉर्म पंजाब क्लास जलालाबाद दे उपर। तां मेरे प्यारे विद्यार्थियों, जिवें रूटीन वाइज मैं शाम नूं 5 बजे डेली तुहाडे वास्ते हाई लैवल दे हिस्ट्री दे एमसीक्यूज लैके आउणा। जिहड़े ये एमसीक्यूज हुंदे ने, ये जिवें कि किसे अलग-अलग स्टेटां दे पीसीएस दे हो गए, यूपीएससी ਦੇ ਪ੍ਰੀ ਪੇਪਰ ਹੋ ਗਏ, ਅਲੱਗ ਅਲੱਗ ਸਟੇਟਾਂ ਦੇ ਲੈਕਚਰ ਗਾਈਡ ਦੇ ਪੇਪਰ ਹੋ ਗਏ, ਟੀਜੀਟੀ ਦੇ ਪੀਜੀਟੀ ਦੇ ਪੇਪਰਾਂ ਤੋਂ ਅਸੀਂ ਲੈ ਕੇ ਆਉਣੇ ਆ। ਟੌਪਿਕ ਵਾਇਜ਼ ਐਮਸੀਕਿਊਸ ਹੁੰਦੇ ਆ। ਅੱਜ ਅਸੀਂ ਦਿੱਲੀ ਸਲਤਨਤ ਦੇ ਵਿੱਚ ਪਹੁੰਚੇ ਆ ਤੇ ਦਿੱਲੀ ਸਲਤਨਤ ਦਾ ਜਿਹੜਾ ਪਹਿਲਾ ਟੌਪਿਕ ਤੁਹਾਨੂੰ ਜਿਹੜਾ ਹੈ ਉਹ ਪੜਾਇਆ ਜਾਊਗਾ, ਜਿਹਦੇ ਵਿੱਚ ਅਸੀਂ ਦਿੱਲੀ ਸਲਤਨਤ ਵਿੱਚ ਟੋਟਲ 5 ਵੰਸ਼ ਨੇ, ਗੁਲਾਮ ਵੰਸ਼ ਜਿਹੜਾ ਹੈ ਮੈਂ ਅੱਜ ਪੜਾਊਂਗਾ। ਤਾਂ ਇਸੇ ਤਰ੍ਹਾਂ ਹੀ ਗੁਲਾਮ ਵੰਸ਼ ਤੋਂ ਬਾਅਦ ਖਿਲਜੀ ਵੰਸ਼ ਬਣਾਊਂਗਾ, ਖਿਲਜੀ ਵੰਸ਼ ਤੋਂ ਬਾਅਦ ਤੁਗਲਕ ਵੰਸ਼ ਬਣਾਊਂਗਾ, ਸ਼ੈਯਦ ਵੰਸ਼ ਬਣਾਊਂਗਾ, ਲੋਧੀ ਵੰਸ਼ ਬਣਾਊਂਗਾ। ਇਸੇ ਤਰ੍ਹਾਂ ਮੈਂ ਕੰਪਲੀਟ ਕਰੂੰਗਾ ਸਾਰੇ ਦਾ ਸਾਰਾ ਟੌਪਿਕ। ਜਿੰਨਾ ਵੀ ਆਪਾਂ ਟੌਪਿਕ ਕਵਰ ਕਰਾਂਗੇ, ਸਾਰੇ ਦਾ ਸਾਰਾ ਟੌਪਿਕ ਆਪਾਂ ਜਿਹੜਾ ਹੈਗਾ ਦਿੱਲੀ ਸਲਤਨਤ ਦਾ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਅਨਾਊਂਸਮੈਂਟ ਆ ਜਿਹੜੀ ਤੁਹਾਡੇ ਲਈ ਮੈਂ ਕਰ ਦਿੰਦਾ। ਸਭ ਤੋਂ ਪਹਿਲੀ ਪੁਆਇੰਟ ਇਹ ਆ ਕਿ ਕਿਸੇ ਵੀ ਵਿਦਿਆਰਥੀ ਨੇ ਸਾਡਾ ਬੈਚ ਆ ਜਿਹੜਾ ਮਾਸਟਰ ਕੈਡਰ ਦਾ ਬੈਚ, ਜਿਹੜਾ ਕਿ ਸਭ ਤੋਂ ਬੈਸਟ ਬੈਚ ਜਿਹੜਾ ਪੰਜਾਬ ਦਾ ਮੰਨਿਆ ਜਾ ਰਿਹਾ, ਠੀਕ ਹੈ, ਤਾਂ ਸਭ ਤੋਂ ਬੈਸਟ ਬੈਚ ਆ ਜਿਹੜਾ ਉਹ ਪੰਜਾਬ ਦਾ ਮੰਨਿਆ ਜਾ ਰਿਹਾ, ਉਹ ਬੈਚ ਸਾਡਾ ਚੱਲ ਰਿਹਾ। ਕਿਸੇ ਵਿਦਿਆਰਥੀ ਨੇ ਬੈਚ ਜੁਆਇਨ ਕਰਨਾ, ਉਹ ਬੈਚ ਜਿਹੜਾ ਉਹ ਜੁਆਇਨ ਕਰ ਸਕਦਾ ਮਾਸਟਰ ਕੈਡਰ ਦਾ। ਬੜੀ ਘੱਟ ਫੀਸ ਦੇ ਵਿੱਚ ਅਸੀਂ ਇਸ ਮਾਸਟਰ ਕੈਡਰ ਦੇ ਬੈਚ ਦੇ ਵਿੱਚ ਲਕਸ਼ਮੀਕਾਂਤ ਕੰਪਲੀਟ ਕਿਤਾਬ ਪੰਜਾਬੀ ਮੀਡੀਅਮ ਦੇ ਵਿੱਚ ਤੁਹਾਨੂੰ ਮਿਲ ਜੂਗੀ। ਪਲੱਸ ਪਲੱਸ ਨਾਲ ਜੇ ਮੈਂ ਗੱਲ ਕਰਾਂ ਜਿਹੜੀ ਕਿਰਨ ਵਰਗੇ ਦ੍ਰਿਸ਼ਟੀ ਦੀਆਂ ਕਵਿਜ਼ ਬੁੱਕਾਂ ਜਿਹੜੀਆਂ ਯੂਪੀਐਸਸੀ ਪ੍ਰੀ ਲਈ ਰੈਕਮੈਂਡ ਕੀਤੀਆਂ ਜਾਂਦੀਆਂ ਨੇ, ਉਹ ਕਿਤਾਬ ਵੀ ਤੁਹਾਨੂੰ ਇਹਦੇ ਵਿੱਚ ਮਿਲ ਜੂਗੀ, ਠੀਕ ਹੈ, ਹਿਸਟਰੀ ਵਾਸਤੇ, ਠੀਕ ਹੈ। ਨਾਲ ਦੀ ਨਾਲ ਜੇ ਮੈਂ ਗੱਲ ਕਰਾਂ ਤਾਂ ਯੂਪੀਐਸਸੀ ਪ੍ਰੀ ਦੇ ਪੁਰਾਣੇ ਪੇਪਰ, UGC ਨੈਟ ਦੇ ਪੁਰਾਣੇ ਪੇਪਰ, ਅਲੱਗ ਅਲੱਗ ਸਟੇਟ ਦੇ ਲੈਕਚਰ ਕੈਡਰ, ਨਾਲ ਨਾਲ ਪੰਜਾਬ ਦਾ ਪ੍ਰੋਫੈਸਰ ਦਾ ਪੇਪਰ ਜਿਹੜਾ ਹੋਇਆ, ਪ੍ਰੋਫੈਸਰ ਦਾ ਪੇਪਰ ਹੋਇਆ, ਪਿਛਲਾ ਮਾਸਟਰ ਕੈਡਰ ਦਾ ਪੇਪਰ, ਇਹ ਸਾਰੇ ਪੇਪਰ ਜਿਹੜੇ ਤੁਹਾਨੂੰ ਮਿਲ ਜਾਣਗੇ। ਤਾਂ ਬੈਚ ਜਿਹੜਾ ਤੁਸੀਂ ਕਰਦੇ, ਔਰ ਫੀਸ ਬੜੀ ਘੱਟ ਸੀ ਸਰ, ਕਿਉਂਕਿ ਅਸੀਂ ਇੱਕ ਚੀਜ਼ ਕਰਦੇ, ਅਸੀਂ ਬੜੀ ਘੱਟ ਫੀਸ ਦੇ ਵਿੱਚ ਜਿੰਨੇ ਬੈਚ ਆ ਅਸੀਂ ਸਟਾਰਟ ਕਰਦੇ ਹਾਂ। ਲੈਕਚਰ ਕੈਡਰ ਹਿਸਟਰੀ ਦਾ ਬੈਚ ਵੀ ਚੱਲ ਰਿਹਾ, ਤੁਹਾਨੂੰ ਪਤਾ ਹੀ ਹੈ ਕਿ ਦੁਬਾਰਾ ਹਿਸਟਰੀ ਦੀਆਂ ਪੋਸਟਾਂ ਬਹੁਤ ਜ਼ਿਆਦਾ ਆਉਣ ਵਾਲੀਆਂ ਨੇ ਅਪਕਮਿੰਗ, ਤਾਂ ਇਸੇ ਕਰਕੇ ਇਹ ਬੈਚ ਵੀ ਸਾਡਾ ਤੁਹਾਡੇ ਨਾਲ ਚੱਲ ਰਿਹਾ, ਠੀਕ ਹੈ। ਤਾਂ ਇਸ ਕਰਕੇ ਤੁਸੀਂ ਇਹ ਵੀ ਬੈਚ ਆ ਜਿਹੜਾ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਇਹ ਸਾਰੇ ਬੈਚਾਂ ਨੂੰ ਜੁਆਇਨ ਕਰਨ ਵਾਸਤੇ ਤੁਸੀਂ ਸਾਡੇ ਆ ਦਿੱਤੇ ਨੰਬਰਾਂ 'ਤੇ ਕਾਲ ਕਰੋ, ਠੀਕ ਹੈ, ਵਟਸਐਪ ਕਾਲ ਕਰੋ, ਮੈਸੇਜ ਕਰੋ, ਜੋ ਕੁਛ ਮਰਜ਼ੀ ਕਰੋ, ਤੁਹਾਡਾ ਜਿਹੜਾ ਅਸੀਂ ਇਹਦੇ ਵਿੱਚ ਜੋੜਨਾ ਹੈ। ਚਲੋ ਮੈਂ ਇੰਨੀਆਂ ਕੁ ਗੱਲਾਂ ਕਰਦਾ ਹੋਇਆ ਕਲਾਸ ਨੂੰ ਸਟਾਰਟ ਕਰਦਾ। ਸਾਰੇ ਵਿਦਿਆਰਥੀ ਜਿਹੜੇ ਹੈਗੇ ਨੇ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਤੁਸੀਂ ਇਹ ਰੀਚ ਬਹੁਤ ਜਲਦ 100 ਬੱਚਿਆਂ ਤੱਕ ਲੈ ਕੇ ਜਾਣੀ ਆ। ਤਾਂ ਇਸੇ ਤਰ੍ਹਾਂ ਮੈਂ ਹੋਰ ਨਵਾਂ ਤੋਂ ਨਵਾਂ ਕੰਟੈਂਟ ਤੁਹਾਡੇ ਵਾਸਤੇ ਲਿਆਉਂਦਾ ਰਹੂੰਗਾ। ਪਹਿਲਾ ਸਵਾਲ, ਪੜ੍ਹਾਉਣ ਮੈਂ ਕੀ ਜਾਣ ਰਿਹਾ? ਮੈਂ ਥੋੜ੍ਹਾ ਜਿਹਾ ਪਹਿਲਾਂ ਤਾਂ ਕਲੈਰੀਫਾਈ ਤੁਹਾਨੂੰ ਮੈਂ ਕਰੂੰਗਾ। ਸਭ ਤੋਂ ਪਹਿਲੀ ਗੱਲ ਮੇਰੇ ਪਿਆਰੇ ਵਿਦਿਆਰਥੀਓ, ਜਿਹੜਾ ਮੇਰਾ ਅੱਜ ਦਾ ਟੌਪਿਕ ਹੈਗਾ, ਮੈਂ ਪੜ੍ਹਾਵਾਂਗਾ ਦਿੱਲੀ ਸਲਤਨਤ ਜਿਹੜੀ ਆ ਉਹ ਤੁਹਾਨੂੰ ਪੜ੍ਹਾਉਣ ਜਾ ਰਿਹਾ। ਕੌਣ ਪੜ੍ਹਾਉਣ ਜਾ ਰਿਹਾ? ਪੜ੍ਹਾਉਣ ਕੀ ਜਾ ਰਿਹਾ? ਦਿੱਲੀ ਸਲਤਨਤ ਜਿਹੜੀ ਆ ਉਹ ਪੜ੍ਹਾਉਣ ਜਾ ਰਿਹਾ, ਠੀਕ ਹੈ। ਇੱਕ ਚੀਜ਼ ਵੇਖੀ ਕਿ ਮੁਹੰਮਦ ਗੌਰੀ ਜਿਹੜਾ ਅਸੀਂ ਲਾਸਟ ਹਮਲਾਵਰ ਮੁਗਲ ਹਮਲਾਵਰ ਵੇਖਦੇ ਹਾਂ, ਜਦੋਂ ਮੁਹੰਮਦ ਗੌਰੀ ਭਾਰਤ ਤੋਂ ਜਾਂਦਾ, ਕਿੱਥੋਂ ਜਾਂਦਾ? ਭਾਰਤ ਤੋਂ ਜਾਂਦਾ। ਭਾਰਤ ਤੋਂ ਜਾਣ ਲੱਗੇ ਉਹ ਆਪਣੇ 4 ਗੁਲਾਮ, ਠੀਕ ਹੈ, ਕਿੰਨੇ ਗੁਲਾਮ? 4 ਗੁਲਾਮ, ਇੱਕ ਕੁਤਬਦੀਨ ਐਬਕ, ਇੱਕ ਜਲਦੋਜ਼, ਇੱਕ ਕੁਬਾਚਾ ਤੇ ਚੌਥਾ ਬਖਤਿਆਰ ਖਿਲਜੀ।
ਚਾਰ ਗੁਲਾਮਾਂ ਨੂੰ ਆਪਣਾ ਜਿਹੜਾ ਏਰੀਆ ਭਾਰਤ ਦਾ ਦੇ ਕੇ ਆਪ ਭੱਜ ਜਾਂਦਾ ਜਾ ਰਿਹਾ ਹੁੰਦਾ ਰਸਤੇ 'ਚ, ਰਸਤੇ ਚਲੋ ਉਹਨੂੰ ਮਾਰ ਦਿੱਤਾ ਜਾਂਦਾ। ਤਾਂ ਉਸ ਸਮੇਂ ਦਿੱਲੀ ਅਤੇ ਲਾਹੌਰ ਵਾਲਾ ਏਰੀਆ ਜਿਹੜਾ ਹੈਗਾ, ਇਸ ਏਰੀਆ ਜਿਹੜਾ ਦਿੱਤਾ ਜਾਂਦਾ, ਏਰੀਆ ਦਿੱਤਾ ਜਾਂਦਾ ਕੁਤਬਦੀਨ ਐਬਕ ਦੁਆਰਾ। ਤਾਂ ਕੁਤਬਦੀਨ ਐਬਕ ਕੀ ਕਰਦਾ, ਉਹ ਮੁਹੰਮਦ ਗੌਰੀ ਦਾ ਗੁਲਾਮ ਹੁੰਦਾ, ਇਸ ਕਰਕੇ ਅਸੀਂ ਇਹਨੂੰ ਗੁਲਾਮ ਵੰਸ਼ ਕਹਿੰਦੇ ਹਾਂ। ਅਤੇ ਇਹ ਗੁਲਾਮ ਵੰਸ਼ ਦੀ ਸ਼ੁਰੂਆਤ ਹੁੰਦੀ ਆ। ਦਿੱਲੀ ਸਲਤਨਤ ਵਿੱਚ ਟੋਟਲ 5 ਵੰਸ਼ ਨੇ। ਅੱਜ ਅਸੀਂ ਜਿੰਨੇ ਸਵਾਲ ਕਰਾਂਗੇ ਉਹ ਗੁਲਾਮ ਵੰਸ਼ ਦੇ ਉੱਤੇ ਕਰਾਂਗੇ, ਸਪੈਸ਼ਲ ਮੈਂ ਕਲਾਸ ਹੀ ਗੁਲਾਮ ਵੰਸ਼ ਦੇ ਬਣਾਈ ਆ। ਇਸ ਤੋਂ ਬਾਅਦ ਜਿਹੜਾ ਗੁਲਾਮ ਵੰਸ਼ ਤੋਂ ਬਾਅਦ ਤੁਗਲਕ ਖਿਲਜੀ ਵੰਸ਼, ਕਿਜਲੀ ਤੋਂ ਬਾਅਦ ਤੁਗਲਕ ਵੰਸ਼, ਤੁਗਲਕ ਤੋਂ ਬਾਅਦ ਸ਼ਹੀਦ ਵੰਸ਼, ਸ਼ਹੀਦ ਬਾਅਦ ਤੋਂ ਬਾਅਦ ਲੋਧੀ ਵੰਸ਼। ਇਸ ਤਰੀਕੇ ਦੇ 5 ਵੰਸ਼ ਨੇ ਜਿਹੜੇ ਉਹ ਸਾਡੇ ਵਰਕ ਕਰਨਗੇ, ਚੱਲਣਗੇ। ਤਾਂ ਪਹਿਲੇ ਸਵਾਲ ਦਾ ਆਂਸਰ ਜੋ ਤੁਹਾਡਾ ਆ ਵੀ ਰਿਹਾ ਹੋਣਾ ਕਿ ਗੁਲਾਮ ਵੰਸ਼ ਰਾਜ ਵੰਸ਼ ਦਾ ਸੰਸਥਾਪਕ ਕੌਣ ਸੀ। ਹੁਣ ਇੱਕ ਗੱਲ ਧਿਆਨ ਵਿੱਚ ਰੱਖਣੀ, ਗੁਲਾਮ ਵੰਸ਼ ਦਾ ਜਿਹੜਾ ਰਾਜ ਵੰਸ਼ ਦਾ ਜਿਹੜਾ ਸੰਸਥਾਪਕ ਸੀ ਨਾ, ਤਾਂ ਉਹ ਕੌਣ ਸੀ? ਕੁਤਬਦੀਨ ਐਬਕ ਸੀ। ਇੱਕ ਗੱਲ ਅੰਡਰਸਟੈਂਡ ਕਰਨੀ, ਕੁਤਬਦੀਨ ਐਬਕ ਸੀ, ਇਹ ਗੱਲ ਅੰਡਰਸਟੈਂਡ ਕਰਨੀ ਹੈ। ਕਿਉਂਕਿ ਕੁਤਬਦੀਨ ਐਬਕ ਮੁਹੰਮਦ ਗੌਰੀ ਦਾ ਕੀ ਸੀ? ਮੁਹੰਮਦ ਗੌਰੀ ਦਾ ਉਹ ਇੱਕ ਗੁਲਾਮ ਸੀ, ਉਹਨੇ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਸ਼ੁਰੂਆਤ ਕੀਤੀ। ਤਾਂ ਦਿੱਲੀ ਸਲਤਨਤ ਜਿਹੜੀ ਹੈਗੀ ਹੈ, ਜਿਹੜੀ ਕਿ 1206 ਤੋਂ ਲੈ ਕੇ ਅਤੇ 1526 ਤੱਕ ਜਿਹੜਾ ਸੀ ਉਹ ਰਾਜ ਦਿੱਲੀ ਸਲਤਨਤ ਦਾ ਰਾਜ ਰਿਹਾ। ਤਾਂ ਸਭ ਤੋਂ ਪਹਿਲਾਂ ਗੁਲਾਮ ਵੰਸ਼ ਸੀ, ਇਹਦੀ ਸ਼ੁਰੂਆਤ ਕੀਤੀ। ਜੇ ਇਹਦੀ ਥਾਂ 'ਤੇ ਵਾਸਤਵਿਕ ਸੰਸਥਾਪਕ ਆ ਜਾਂਦਾ, ਰੀਅਲ ਫਾਊਂਡਰ ਆ ਜਾਂਦਾ, ਵਾਸਤਵਿਕ ਸ਼ਬਦ ਵਰਤਿਆ ਹੁੰਦਾ, ਫਿਰ ਅਸੀਂ ਇਲਤੁਤਮਿਸ ਨਾਲ ਜਾਣਾ ਸੀ। ਕਿਉਂਕਿ ਕੁਤਬਦੀਨ ਐਬਕ ਨੇ ਸੁਲਤਾਨ ਦੀ ਪਾਧੀ ਧਾਰਨ ਨਹੀਂ ਕੀਤੀ, ਤਾਂ ਉਹਨੇ ਜਿੰਨਾ ਵੀ ਕੰਮ ਕੀਤਾ ਉਹ ਮੁਹੰਮਦ ਗੌਰੀ ਦੇ ਨਾਮ ਦੇ ਹੇਠ ਹੀ ਵਰਕ ਕੀਤਾ। ਠੀਕ ਹੈ, ਤਾਂ ਇਹ ਗੱਲ ਜਿਹੜੀ ਆ ਇਹ ਤੁਸੀਂ ਅੰਡਰਸਟੈਂਡ ਕਰਨੀ ਆ, ਇੰਨੀ ਕੁ ਚੀਜ਼ ਜਿਹੜੀ ਆ ਤੁਸੀਂ ਖਿਆਲ ਵਿੱਚ ਰੱਖਣੀ ਆ। ਪਰ ਫਿਰ ਮੈਂ ਕਹੂੰਗਾ ਕਲਾਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਵੱਧ ਤੋਂ ਵੱਧ ਜਿੰਨੇ ਜੀਵ ਜਿੰਨੇ ਵੀ ਤੁਹਾਡੇ ਕੋਲ ਵਟਸਐਪ ਗਰੁੱਪ ਨੇ ਜੋ ਕੁਛ ਆ ਸਾਰੇ ਥਾਂ 'ਤੇ ਸ਼ੇਅਰ ਕਰਿਆ ਕਰੋ। ਹੁਣ ਵੇਖੋ ਤੁਸੀਂ, ਹੁਣ ਆਹ ਇਕੱਲੀ ਇਕੱਲੀ ਚੀਜ਼ ਤੁਹਾਡੇ ਵਾਸਤੇ ਮੈਂ ਐਕਸਪਲੇਨੇਸ਼ਨ 'ਚ ਲੈ ਕੇ ਆਇਆ। 1206 ਤੋਂ ਲੈ ਕੇ 1290 ਤੱਕ ਦਿੱਲੀ ਸਲਤਨਤ 'ਤੇ ਰਾਜ ਕਿੰਦਾ ਰਿਹਾ? ਗੁਲਾਮ ਵੰਸ਼ ਦਾ ਰਿਹਾ, ਜਿੰਦਾ ਅਸੀਂ ਮੋਢੀ ਕਿਹਨੂੰ ਮੰਨਦੇ ਹਾਂ? ਕੁਤਬਦੀਨ ਐਬਕ ਨੂੰ ਮੰਨਦੇ ਹਾਂ, ਪਰ ਨਾਲ ਦੀ ਨਾਲ ਇਲਤੁਤਮਿਸ, ਰਜ਼ੀਆ ਸੁਲਤਾਨ, ਨਾਲ ਦੇ ਨਾਲ ਬਲਬਨ, ਇਹ ਚਾਰ, ਵੈਸੇ ਤਾਂ ਹੋਰ ਵੀ ਰਾਜੇ ਹੋਏ, ਇਹ ਚਾਰ ਮਸ਼ਹੂਰ ਰਾਜੇ ਸੀ ਗੁਲਾਮ ਵੰਸ਼ ਦੇ। ਕਿਹੜੇ ਚਾਰ ਮਸ਼ਹੂਰ ਰਾਜੇ ਸੀ? ਇਹ ਕੁਤਬਦੀਨ ਐਬਕ, ਇਲਤੁਤਮਿਸ, ਇਲਤੁਤਮਿਸ ਤੋਂ ਬਾਅਦ ਰਜ਼ੀਆ ਸੁਲਤਾਨ, ਰਜ਼ੀਆ ਸੁਲਤਾਨ ਤੋਂ ਬਾਅਦ ਬਲਬਨ। ਤਾਂ ਛੋਟੇ ਛੋਟੇ ਪੁਆਇੰਟ ਜਿਹੜੇ ਨੇ ਉਹ ਖਿਆਲ ਵਿੱਚ ਰੱਖਣੇ ਆ, ਉਹ ਤੁਸੀਂ ਸਮਝਣੇ ਆ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਅੱਗੇ, ਹੁਣ ਅਗਲਾ ਸਵਾਲ ਤੁਹਾਡੇ ਸਾਹਮਣੇ ਆ ਗਿਆ, ਦਿੱਲੀ ਸਲਤਨਤ ਦੇ ਕਿਹੜੇ ਸੁਲਤਾਨ ਨੂੰ, ਕਿਹੜੇ ਸੁਲਤਾਨ ਨੂੰ ਲੱਖ ਬਖਸ਼ ਕਿਹਾ ਜਾਂਦਾ ਹੈ? ਤਾਂ ਲੱਖ ਬਖਸ਼ ਦੀ ਪਾਧੀ ਜਿਹੜੀ ਹੈਗੀ ਆ ਉਹ ਦਿੱਲੀ ਸੁਲਤਾਨ ਦੇ ਕਿਹੜੇ ਰਾਜੇ ਨੂੰ ਦਿੱਤੀ ਜਾਂਦੀ ਆ? ਇਹਦਾ ਆਂਸਰ ਜਿਹੜਾ ਉਹ ਜਲਦੀ ਜਲਦੀ ਜਿਹੜਾ ਆਂਸਰ ਆ ਉਹ ਦਿਆ ਕਰੋ, ਨਾਲ ਨਾਲ ਜਦੋਂ ਤੁਹਾਡਾ ਆਂਸਰ ਲੈਂਦੇ ਹੋਏ ਉਸ ਤੋਂ ਬਾਅਦ ਹੀ ਮੈਂ ਅਗਾਂਹ ਐਕਸਪਲੇਨੇਸ਼ਨ ਦੇ ਵਿੱਚ ਜਾਊਂਗਾ। ਤਾਂ ਆਂਸਰ ਜ਼ਰੂਰ ਇਹਦਾ ਵੀ ਦੇ ਦਿਓ ਤੁਸੀਂ। ਠੀਕ ਹੈ, ਠੀਕ ਹੈ, ਵੈਰੀ ਗੁੱਡ। ਠੀਕ ਹੈ, ਜਲਦੀ ਜਲਦੀ ਜਿਹੜਾ ਇਹਦਾ ਆਂਸਰ ਆ, ਤਾਂ ਇਹਦਾ ਆਂਸਰ ਜਿਹੜਾ ਆਊਗਾ ਤਾਂ ਇਹਦਾ ਆਂਸਰ ਵੀ ਲੱਖਪਤੀ ਜਿਹੜੀ ਪਾਧੀ ਦਿੱਤੀ ਜਾਂਦੀ ਸੀ ਜਾਂ ਕਿਹਾ ਜਾਂਦਾ ਸੀ ਦਿੱਲੀ ਸਲਤਨਤ ਦੇ ਵਿੱਚ, ਤਾਂ ਉਹ ਵੀ ਕੁਤਬਦੀਨ ਐਬਕ ਨੂੰ ਕਹਿੰਦੇ। ਡੀ ਆਂਸਰ ਜਿਹੜਾ ਉਹ ਸਹੀ ਆਊਗਾ। ਠੀਕ ਹੈ, ਡੀ ਆਂਸਰ ਜਿਹੜਾ ਹੈ ਉਹ ਇਹਦਾ ਸਹੀ ਆਊਗਾ। ਤਾਂ ਜਿਵੇਂ ਇਹਦੀ ਅਸੀਂ ਐਕਸਪਲੇਨੇਸ਼ਨ ਵੀ ਵੇਖੋ, ਤੁਸੀਂ ਜਦੋਂ ਇਹਦੀ ਐਕਸਪਲੇਨੇਸ਼ਨ 'ਤੇ ਜਾਓਗੇ ਨਾ, ਚੀਜ਼ ਹੋਰ ਜ਼ਿਆਦਾ ਵਧੀਆ ਹੋ ਜਾਊਗੀ। ਕਿਉਂਕਿ ਇੱਕ ਦਰਿਆ ਦਲ, ਮਤਲਬ ਇੱਕ ਕਹਿੰਦਾ ਮੈਂ ਤਾਂ ਬਹੁਤ ਵੱਡੇ ਪੱਧਰ 'ਤੇ ਕੀ ਆ, ਠੀਕ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਕੀ ਆ ਇਹ ਦਾਨ ਕਰਦਾ ਸੀ, ਜਿਹਦੇ ਕਰਕੇ ਇਹਨੂੰ ਕੀ ਅਸੀਂ ਗੱਲ ਕਰਦੇ ਹਾਂ, ਇਹ ਲੱਖ ਬਖਸ਼ ਦੀ ਜਿਹੜੀ ਪਾਧੀ ਆ ਉਹ ਦਿੱਤੀ ਗਈ ਸੀ ਫਰਿਸ਼ਤੇ ਦੇ ਤੌਰ 'ਤੇ, ਅਸੀਂ ਵੀ ਇਹਨੂੰ ਕਿਹਾ ਜਾਂਦਾ ਸੀ। ਨਾਲ ਨਾਲ ਵੇਖੋ ਇਹਨੂੰ ਅਸੀਂ ਕੁਰਾਨ ਖਾ ਦੀ, ਕੁਰਾਨ ਖਾ ਖਾਣ ਦੀ ਪਾਧੀ ਵੀ ਦਿੱਤੀ ਜਾਂਦੀ, ਕਿਉਂਕਿ ਇਹਨੇ
ਇਹ ਕੁਰਾਨ ਗੀਤ ਦੇ ਵਿੱਚ ਬਹੁਤ ਸੋਹਣੀ ਗਾਉਂਦਾ ਸੀ। ਕੁਰਾਨ ਕੀ ਕਰਦਾ ਸੀ? ਗੀਤ ਦੇ ਵਿੱਚ ਬਹੁਤ ਸੋਹਣੀ ਗਾਉਂਦਾ ਸੀ, ਜਿਹਦੇ ਕਰਕੇ ਇਹਨੂੰ ਕੁਰਾਨ ਖਾਂ ਦੀ ਪਾਧੀ ਵੀ ਦਿੱਤੀ ਗਈ ਸੀ। ਉਸ ਸਮੇਂ ਦੇ ਵਿਦਵਾਨ ਹਸਨ ਨਜ਼ਾਬੀ, ਫਰਕੇ ਮੁਦਰਾ ਮੁਤਬਾਬ ਬੀਰ ਨੇ ਉਹਨਾਂ ਨੂੰ ਸਰਪ੍ਰਸਤੀ ਕੀਤੀ, ਇਹਨੇ ਉਹਨਾਂ ਨੂੰ ਸਰਪ੍ਰਸਤੀ ਵੀ ਦਿੱਤੀ। ਅਤੇ ਨਾਲ ਦੀ ਨਾਲ ਅਸਲ ਦੇ ਵਿੱਚ ਇਹ ਵੇਖੋ, ਦਿੱਲੀ ਦੇ ਵਿੱਚ ਕੋਵਤ ਉਲ ਇਸਲਾਮ, ਜਿਹੜੀ ਕਿ ਭਾਰਤ ਦੀ ਸਭ ਤੋਂ ਪਹਿਲੀ ਮਸਜਿਦ ਮੰਨੀ ਜਾਂਦੀ ਹੈ, ਅਤੇ ਅਜਮੇਰ ਦੇ ਵਿੱਚ, ਇਹ ਦਿੱਲੀ ਦੇ ਵਿੱਚ ਅਤੇ ਅਜਮੇਰ ਦੇ ਵਿੱਚ ਢਾਈ ਦਿਨ ਦਾ ਝੌਂਪੜੇ ਨਾਂ ਦੀਆਂ ਮਸਜਿਦਾਂ ਵੀ ਇਹਨੇ ਬਣਾਈਆਂ ਸੀ। ਇਹ ਗੱਲ ਧਿਆਨ ਦੇ ਵਿੱਚ ਰੱਖਿਓ। ਕੁਤਬ ਮੀਨਾਰ ਦੀ ਪਾਧੀ ਵੀ ਜਿਹੜੀ ਸੀ ਉਹ ਵੀ ਇਹਨੇ ਤਿਆਰ ਕਰਵਾਈ ਸੀ। ਇਹ ਕੁਝ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਅੰਡਰਸਟੈਂਡ ਕਰਨੀਆਂ, ਇਹ ਚੀਜ਼ਾਂ ਤੁਸੀਂ ਸਮਝਣੀਆਂ, ਆਹ ਸਾਰੇ ਸਵਾਲ ਜਿਹੜੇ ਨੇ ਤੁਸੀਂ ਅੰਡਰਸਟੈਂਡ ਕਰਦੇ ਹੋਗੇ। ਹੁਣ ਅੱਗੇ ਆ ਗਿਆ ਅਗਲਾ ਸਵਾਲ, ਹੁਣ ਅਗਲਾ ਸਵਾਲ ਤੁਹਾਡੇ ਸਾਹਮਣੇ ਹੈਗਾ ਹੈ ਕਿ ਢਾਈ ਦਿਨ ਦਾ ਝੌਂਪੜਾ ਕਿੰਨੇ ਦਿਨ ਦਾ, ਢਾਈ ਦਿਨ ਦਾ ਝੌਂਪੜਾ ਕਿੰਨੇ ਬਣਾਇਆ ਸੀ, ਕਿਹੜਾ ਢਾਈ ਦਿਨ ਦਾ ਝੌਂਪੜਾ ਕਿੰਨੇ ਬਣਾਇਆ ਸੀ? ਤਾਂ ਢਾਈ ਦਿਨ ਦਾ ਝੌਂਪੜਾ, ਚਲੋ ਇਹ ਵੀ ਸਵਾਲ ਨਾਲ ਆਨਸਰ ਦੇ ਦਿਓ, ਢਾਈ ਦਿਨ ਦਾ ਝੌਂਪੜਾ ਕਿੰਨੇ ਬਣਾਇਆ ਸੀ? ਹੁਣ ਢਾਈ ਦਿਨ ਦਾ ਝੌਂਪੜਾ ਜਿਹੜਾ ਬਣਿਆ ਸੀ ਇਹ ਕਿੱਥੇ ਬਣਿਆ ਹੋਇਆ? ਤਾਂ ਇਹ ਬਣਿਆ ਹੋਇਆ ਅਜਮੇਰ ਦੇ ਵਿੱਚ। ਕਿੱਥੇ ਬਣਿਆ? ਅਜਮੇਰ ਦੇ ਵਿੱਚ। ਇਹ ਬਣਾਇਆ ਕਿੰਨੇ ਸੀ? ਕੁਤਬਦੀਨ ਐਬਕ ਨੇ ਬਣਾਇਆ ਸੀ। ਕਿਹਨੇ ਬਣਾਇਆ? ਕੁਤਬਦੀਨ ਐਬਕ ਨੇ ਬਣਾਇਆ। ਅਤੇ ਢਾਈ ਦਿਨ ਦਾ ਝੌਂਪੜਾ ਕੀ ਸੀ? ਇੱਕ ਮਸਜਿਦ ਸੀ। ਕੀ ਸੀ? ਮਸਜਿਦ ਸੀ। ਤਾਂ ਇਹ ਚੀਜ਼, ਦੋ ਚੀਜ਼ਾਂ ਵੇਖੋ, ਢਾਈ ਦਿਨ ਦਾ ਝੌਂਪੜਾ ਇੱਕ ਮਸਜਿਦ ਸੀ ਜਿਹੜੀ ਕੁਤਬਦੀਨ ਐਬਕ ਨੇ ਬਣਾਈ ਸੀ, ਨਾਲ ਨਾਲ ਇੱਕ ਕਵੈਤ ਉਲ ਜਿਹੜੀ ਅਸੀਂ ਗੱਲ ਕਹਿੰਦੇ ਇਸਲਾਮ, ਤਾਂ ਇਹ ਵੀ ਕੀ ਸੀ? ਇੱਕ ਮਸਜਿਦ ਸੀ। ਤਾਂ ਇਸ ਮਸਜਿਦ ਦਾ ਵੀ ਜਿਹੜਾ ਨਿਰਮਾਣ ਸੀ ਉਹ ਵੀ ਕਿਹਨੇ ਕਰਵਾਇਆ ਸੀ? ਤਾਂ ਉਹ ਵੀ ਮੇਰੇ ਪਿਆਰੇ ਬੱਚੋ, ਕੁਤਬਦੀਨ ਐਬਕ ਨੇ ਕਰਵਾਇਆ ਸੀ। ਇਹ ਗੱਲ ਨੂੰ ਅੰਡਰਸਟੈਂਡ ਕਰਨਾ ਹੈ। ਹੁਣ ਤੀਜਾ ਸਵਾਲ ਵੇਖੋ, ਬੜਾ ਪਿਆਰਾ ਸਵਾਲ ਆ। ਹੁਣ ਇੱਕ ਸਵਾਲ ਤਾਂ ਇਹ ਆਉਂਦੀ, ਕਵੈਤ ਉਲ ਇਸਲਾਮ, ਵੇਖੋ ਇਹ ਜਿਹੜੀ ਮਸਜਿਦ ਆ, ਕਵੈਤ ਉਲ ਇਸਲਾਮ ਮਸਜਿਦ ਆ, ਇਹਦੇ 'ਚ ਦੋ ਤਰ੍ਹਾਂ ਦੇ ਸਵਾਲ ਬਣ ਕੇ ਆਉਂਦੇ। ਕਿੰਨੇ ਤਰ੍ਹਾਂ ਦੇ ਮੇਰੇ ਪਿਆਰੇ ਵਿਦਿਆਰਥੀਓ ਸਵਾਲ ਬਣ ਕੇ ਆਉਂਦੇ ਆ? ਦੋ ਤਰ੍ਹਾਂ ਦੇ ਸਵਾਲ ਬਣ ਕੇ ਆਉਂਦੇ ਆ। ਪਹਿਲਾ ਸਵਾਲ ਜਿਹੜਾ ਤੁਹਾਡੇ ਸਾਹਮਣੇ ਬਣ ਕੇ ਆਉਂਦਾ ਪੇਪਰ 'ਚ, ਉਹ ਬਣ ਕੇ ਆਉਂਦਾ ਭਾਰਤ ਵਿੱਚ ਪਹਿਲੀ ਮਸਜਿਦ ਕਿਹੜੀ ਸੀ? ਤਾਂ ਤੁਸੀਂ ਭੱਜ ਕੇ ਕਹਿਣਾ ਸਰ ਕਿ ਪਹਿਲੀ ਮਸਜਿਦ ਜਿਹੜੀ ਹੈਗੀ ਸੀ ਉਹ ਕਵੈਤ ਉਲ ਇਸਲਾਮ ਮਸਜਿਦ ਸੀ। ਇਹ ਪਹਿਲਾ ਸਵਾਲ ਬਣਦਾ ਹੈ। ਦੂਜਾ, ਇਹਦਾ ਨਿਰਮਾਣ ਕਿਹਨੇ ਕੀਤਾ ਸੀ? ਇਹਦਾ ਨਿਰਮਾਣ ਜਿਹੜਾ ਕਰਵਾਇਆ ਸੀ ਉਹ ਕੁਤਬਦੀਨ ਐਬਕ ਨੇ ਕਰਵਾਇਆ ਸੀ। ਦੋ ਸਵਾਲ ਬਣ ਕੇ ਆਉਂਦੇ ਆ। ਤੀਜਾ ਸਵਾਲ ਬਣ ਕੇ ਆਉਂਦਾ, ਇਹ ਹੈਗੀ ਕਿੱਥੇ ਆ? ਇਹ ਦਿੱਲੀ ਦੇ ਵਿੱਚ ਹੈਗੀ ਆ। ਚੌਥਾ ਜਿਹੜਾ ਹੈਗਾ, ਢਾਈ ਦਿਨ ਦਾ ਝੌਂਪੜਾ ਹੈ, ਠੀਕ ਹੈ, ਇਹ ਵੀ ਇੱਕ ਮਸਜਿਦ ਸੀ। ਪੇਪਰ ਦੇ ਵਿੱਚ ਇਹ ਵੀ ਸਵਾਲ ਆਇਆ ਹੋਇਆ, ਇਹ ਵੀ ਕਿਹਨੇ ਬਣਵਾਇਆ ਸੀ? ਇਹ ਵੀ ਕੁਤਬਦੀਨ ਐਬਕ ਨੇ ਬਣਾਇਆ ਸੀ। ਅਤੇ ਇਹ ਕਿੱਥੇ ਸੀ? ਤਾਂ ਮੇਰੇ ਪਿਆਰੇ ਬੱਚਿਓ, ਇਹ ਹੈਗੀ ਸੀ ਅਜਮੇਰ ਦੇ ਵਿੱਚ, ਠੀਕ ਹੈ। ਤਾਂ ਇਸੇ ਤਰ੍ਹਾਂ ਆਨਸਰ ਕੀ ਆਇਆ? ਜਿਹੜੀ ਅਸੀਂ ਪਹਿਲਾ ਸਵਾਲ ਕਹੀਏ, ਕੁਵੈਤ ਉਲ ਇਸਲਾਮ ਜਿਹੜਾ ਹੈਗਾ, ਜਿਹੜੀ ਪਹਿਲੀ ਮਸਜਿਦ ਭਾਰਤ ਵਿੱਚ ਬਣੀ ਸੀ, ਇਹ ਦਿੱਲੀ ਦੇ ਵਿੱਚ ਸੀ। ਢਾਈ ਦਿਨ ਦਾ ਝੌਂਪੜਾ ਜਿਹੜਾ ਹੈਗਾ ਸੀ ਕਿੱਥੇ ਸੀ? ਇਹ ਅਜਮੇਰ ਦੇ ਵਿੱਚ ਹੈਗਾ ਸੀ। ਕਿੱਥੇ ਹੈਗਾ ਸੀ? ਅਜਮੇਰ ਦੇ ਵਿੱਚ ਹੈਗਾ ਸੀ। ਵੈਰੀ ਗੁੱਡ, ਠੀਕ ਹੈ। ਤਾਂ ਤੁਹਾਡੇ ਆਨਸਰ ਜਿਹੜੇ ਬੜੇ ਬੇਖੂਬ ਜਿਹੜੇ ਨੇ ਉਹ ਆਉਣੇ ਵੀ ਸਟਾਰਟ ਹੋ ਗਏ। ਹੁਣ ਅੱਗੇ ਅਸੀਂ ਇੱਕ ਚੀਜ਼ ਵੇਖੀਏ। ਹੁਣ ਆਹ ਸਵਾਲ ਬੜਾ ਪਿਆਰਾ ਸਵਾਲ ਤੁਹਾਡੇ ਵਾਸਤੇ ਲੈ ਕੇ ਆਇਆ। ਪਹਿਲਾ ਤਾਂ ਸਵਾਲ ਇਹ ਆ ਕਿ ਜਿਹੜੀ ਇੱਕ ਬੜੀ ਪ੍ਰਸਿੱਧ ਕੁਤਬ ਮੀਨਾਰ ਦਾ ਜਿਹੜਾ ਨਿਰਮਾਣ ਆ, ਹੁਣ ਕੁਤਬ ਮੀਨਾਰ ਦਾ ਨਿਰਮਾਣ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿੰਨੇ ਨਹੀਂ ਕਰਵਾਇਆ? ਹੁਣ ਕੁਤਬ ਜਿਹੜੀ ਮੀਨਾਰ ਹੈ ਨਾ, ਕੁਤਬਦੀਨ ਦੀ ਜਿਹੜੀ ਮੀਨਾਰ ਆ, ਹੁਣ ਇੱਕ ਚੀਜ਼ ਵੇਖੋ ਤੁਸੀਂ, ਜਿਹੜੀ ਕੁਤਬ ਮੀਨਾਰ ਹੈਗੀ ਆ, ਇੱਕ ਕਹਿਣ ਦਾ ਮਤਲਬ ਇੱਟਾਂ ਨਾਲ ਬਣੀ ਭਾਰਤ ਤੋਂ ਸਭ ਤੋਂ ਵੱਡੀ ਮੀਨਾਰ ਹੁੰਦੀ ਆ, ਅਤੇ ਇਹ ਇਸ ਤਰੀਕੇ ਦੀ ਇੱਕ ਮੀਨਾਰ ਬਣੀ ਹੁੰਦੀ ਆ। ਚਲੋ ਇਸ ਤਰੀਕੇ ਨਾਲ ਜਦੋਂ ਮੈਂ ਥਿਊਰੀ 'ਤੇ ਪੜ੍ਹਾਊਂਗਾ ਨਾ, ਉੱਥੇ ਮੈਂ ਫੋਟੋ ਲੈ ਕੇ ਆਊਂਗਾ, ਉੱਤੇ ਜਦੋਂ ਅਸੀਂ ਗੱਲ ਕਰਦੇ ਮਸਜਿਦ ਉੱਤੇ ਬਣੀ ਹੁੰਦੀ ਹੈ। ਤਾਂ ਉਸ ਸਮੇਂ ਕੀ ਹੁੰਦਾ ਸੀ ਕਿ ਸ਼ਹਿਰ ਦੇ ਉੱਚੇ ਜਗ੍ਹਾ 'ਤੇ ਬੈਠ ਕੇ ਕੁਰਾਨ ਪੜ੍ਹੀ ਜਾਂਦੀ ਸੀ, ਜਿਹੜੀ ਕਿ ਆਸੇ ਪਾਸੇ ਲੋਕਾਂ ਨੂੰ, ਵੱਧ ਤੋਂ ਵੱਧ ਲੋਕਾਂ ਨੂੰ ਸੁਣ ਸਕੀ, ਕਿਉਂਕਿ ਸਪੀਕਰ ਦੀ ਤਾਂ ਉਸ ਸਮੇਂ ਵਿਵਸਥਾ ਹੀ ਨਹੀਂ ਸੀ। ਤਾਂ ਇਹ ਕਹਿੰਦੇ ਕਹਿੰਦੇ ਵਿੱਚ ਯੋਗਦਾਨ ਕਿੰਨੇ ਨਹੀਂ ਪਾਇਆ? ਹੁਣ ਯੋਗਦਾਨ ਦੇ ਸਵਾਲ ਦੇ ਵਿੱਚ ਅਸੀਂ ਆਈਏ ਪੰਜਵੇਂ ਨੰਬਰ ਦੇ ਸਵਾਲ 'ਤੇ, ਤਾਂ ਇਹਦਾ ਆਨਸਰ ਕੀ ਆਊਗਾ? ਸੀ ਆਊਗਾ, ਜਗਿਆਸੂਦੀਨ ਤੁਗਲਕ ਨੇ ਨਹੀਂ ਪਾਇਆ।
ਹੁਣ ਪਹਿਲਾ ਸਵਾਲ ਤੁਹਾਡੇ ਸਾਹਮਣੇ, ਇਹਨੂੰ ਵੇਖੋ, ਮੈਂ ਥੋੜ੍ਹਾ ਜਿਹਾ ਇਹਨੂੰ ਮੈਂ ਐਕਸਪਲੇਨ ਦੇ ਵਿੱਚ ਆਵਾਂ, ਜੇ ਮੈਂ ਇਹਦੀ ਐਕਸਪਲੇਨੇਸ਼ਨ ਦੇ ਉੱਤੇ ਆਵਾਂ। ਪਹਿਲੀ ਐਕਸਪਲੇਨੇਸ਼ਨ ਇਹਦੀ ਮੇਰੇ ਪਿਆਰੇ ਬੱਚੋ ਤੁਹਾਡੇ ਸਾਹਮਣੇ ਕੀ ਬਣੇਗੀ, ਹੁਣ ਕੁਤਬ ਮੀਨਾਰ ਜਿਹੜੀ ਹੈਗੀ ਆ, ਇਸ ਮੀਨਾਰ ਦੇ ਮੀਨਾਰ ਦੀ ਸ਼ੁਰੂਆਤ ਕੀਤੀ ਸੀ ਕੁਤਬ ਦੀ ਨੈਬਕ ਨੇ ਕੀਤੀ। ਨਿਰਮਾਣ ਸ਼ੁਰੂ ਕੀਤਾ ਸੀ ਜਿਹੜਾ ਉਹ ਕਿਹਨੇ ਕੀਤਾ ਸੀ, ਨਿਰਮਾਣ ਜਿਹੜਾ ਸ਼ੁਰੂ ਕੀਤਾ ਸੀ, ਤਾਂ ਨਿਰਮਾਣ ਜਿਹੜਾ ਸ਼ੁਰੂ ਕੀਤਾ ਸੀ ਮੇਰੇ ਪਿਆਰੇ ਵਿਦਿਆਰਥੀ, ਉਹ ਜੋ ਪਹਿਲੀ ਮੰਜ਼ਿਲ ਦੀ ਜਿਹੜੀ ਬਣਵਾਈ ਸੀ ਉਹ ਕੁਤਬ ਦੀ ਨੈਬਕ ਨੇ ਬਣਵਾਈ ਸੀ। ਹੁਣ ਉਸ ਤੋਂ ਬਾਅਦ ਕੀ ਹੋਇਆ, ਬਾਕੀ ਤਿੰਨ ਮੰਜ਼ਿਲਾਂ ਜਿਹੜੀਆਂ ਹੈਗੀਆਂ ਨੇ, ਜਾਂ ਅਸੀਂ ਗੱਲ ਕਰੀਏ ਚਾਰ ਮੰਜ਼ਿਲਾਂ ਤੱਕ ਕੰਪਲੀਟ ਕਿਹਨੇ ਕਰਵਾਇਆ ਸੀ, ਚਾਰ ਮੰਜ਼ਿਲਾਂ ਤੱਕ ਜਿਹੜਾ ਕੰਪਲੀਟ ਇਹਨੂੰ ਕਰਵਾਇਆ ਸੀ ਉਹ ਕਰਵਾਇਆ ਸੀ ਇਲਤੁਤਮਿਸ ਨੇ, ਚਾਰ ਮੰਜ਼ਿਲਾਂ ਤੱਕ। ਦੋ ਸਵਾਲ ਤੁਸੀਂ ਸਮਝ ਲੱਗ ਗਏ। ਜਦੋਂ ਕੀ ਹੋਇਆ ਕਿ ਇੱਕ ਦਿਨ ਬਿਜਲੀ ਡਿੱਗਣ ਦੇ ਨਾਲ, ਕਿਉਂਕਿ ਬੜੀ ਉੱਚੀ ਸੀ, ਤਾਂ ਜਦੋਂ ਬਿਜਲੀ ਡਿੱਗੀ ਤਾਂ ਬਿਜਲੀ ਡਿੱਗਣ ਦੇ ਨਾਲ ਕੀ ਹੋਇਆ, ਚੌਥੀ ਮੰਜ਼ਿਲ ਜਿਹੜੀ ਸੀ ਉਹ ਸਾਰੀ ਕਹਿਣ ਦਾ ਮਤਲਬ ਟੁੱਟ ਗਈ, ਤਾਂ ਉਹਦੀ ਥਾਂ 'ਤੇ ਇੱਕ ਚੌਥੀ ਮੰਜ਼ਿਲ ਨੂੰ ਰੀਨਿਊ ਕੀਤਾ, ਨਾਲ ਉੱਤੇ ਇੱਕ ਪੰਜਵੀਂ ਮੰਜ਼ਿਲ ਬਣਾਈ। ਤਾਂ ਇਸ ਕਰਕੇ ਇਹਦੀ ਚੌਥੀ ਮੰਜ਼ਿਲ ਨੂੰ ਰੀਨਿਊ ਕਰਨਾ ਅਤੇ ਪੰਜਵੀਂ ਮੰਜ਼ਿਲ ਕਿਹਨੇ ਬਣਾਈ ਸੀ, ਫਿਰੋਜ਼ ਸ਼ਾਹ ਤੁਗਲਕ ਨੇ ਬਣਾਈ ਸੀ। ਨਾਲ ਦੀ ਨਾਲ ਇੱਕ ਸਵਾਲ ਹੋਰ ਆ ਜਾਂਦਾ, ਇੱਕ ਵਾਰ ਇਹਨੂੰ ਸ਼ਿਕੰਦ ਲੋਧੀ ਨੇ, ਠੀਕ ਹੈ, ਸਿਕੰਦਰ ਲੋਧੀ ਨੇ ਵੀ ਇਹਨੂੰ ਕੀ ਕੀਤਾ ਸੀ, ਉਹਨੇ ਵੀ ਇਹਨੂੰ ਰੀਨਿਊ ਬਣਵਾਇਆ ਸੀ, ਦੁਬਾਰਾ ਪੁਨਰ ਨਿਰਮਾਣ ਇਹਦਾ ਜਿਹੜਾ ਸੀ ਉਹ ਕਰਵਾਇਆ ਸੀ। ਤਾਂ ਇਸੇ ਕਰਕੇ ਤੁਸੀਂ ਧਿਆਨ ਵਿੱਚ ਰੱਖਣਾ ਹੈ, ਜਾਸੂਦੀਨ ਤੁਗਲਕ ਇਹਦੇ ਨਾਲ ਹੀ ਜੁੜਿਆ ਹੋਇਆ, ਕੁਤਬਦੀਨ ਐਬਕ ਵੀ ਇਹਦੇ ਨਾਲ ਜੁੜ ਗਿਆ, ਇਲਤੁਤਮਿਸ ਵੀ ਇਹਦੇ ਨਾਲ ਜੁੜ ਗਏ, ਨਾਲ ਦੀ ਨਾਲ ਫਿਰੋਜ਼ ਸ਼ਾਹ ਤੁਗਲਕ ਵੀ ਇਹਦੇ ਨਾਲ ਜੁੜ ਗਏ, ਨਾਲ ਨਾਲ ਸਿਕੰਦਰ ਲੋਧੀ ਵੀ ਜਿਹੜਾ ਸੀ ਉਹ ਇਹਦੇ ਨਾਲ ਜੁੜ ਗਿਆ ਸੀ, ਠੀਕ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਸਮਝਦੇ ਰਹਿਣੀਆਂ ਨੇ, ਇਹ ਚੀਜ਼ਾਂ ਤੁਸੀਂ ਅੰਡਰਸਟੈਂਡ ਕਰਦਾ ਰਹਿਣਾ। ਹਾਂ, ਸਾਰੇ ਵਿਦਿਆਰਥੀਆਂ ਨੂੰ ਗੁੱਡ ਈਵਨਿੰਗ, ਪਰ ਫਿਰ ਮੈਂ ਕਹੂੰਗਾ ਡੇਲੀ, ਹੁਣ ਫਿਰ ਆਪਾਂ 5 ਵਜੇ ਜੁੜਨ ਜਾ ਰਹੇ ਹਾਂ, ਡੇਲੀ 5 ਵਜੇ ਜੁੜਾਂਗਾ। ਕੱਲ੍ਹ ਮੈਂ ਤੁਹਾਡੇ ਵਾਸਤੇ ਬੜਾ ਪਿਆਰਾ ਖਿਲਜੀ ਵੰਸ਼ ਲੈ ਕੇ ਆਊਂਗਾ, ਐਕਸਪਲੇਨੇਸ਼ਨ 'ਚ ਕੁਸਚਨ ਹੋਣਗੇ, ਬੜੇ ਅੱਛੇ ਲੈਵਲ ਦੇ ਕੁਸਚਨ ਲੈ ਕੇ ਆਊਂਗਾ ਮੈਂ। ਹੁਣ ਇਹ 1947 ਤੱਕ ਨਹਿਰੂ ਯੁੱਗ ਤੱਕ ਲਗਾਤਾਰ ਸੀਰ 'ਚ ਰੱਖੂੰਗਾ, ਪਰ ਤੁਹਾਡਾ ਇੱਕ ਫਰਜ਼ ਬਣਦਾ ਕਿ ਮੈਂ ਮੁਗਲ ਕਾਲ ਤੱਕ ਪਹੁੰਚਾਂ, ਤਾਂ ਇਹ ਲਾਏ ਵਾਲੀ ਜਿਹੜੀ ਸਟਰੈਂਥ ਆ ਇਹ 100 ਤੱਕ ਲੈ ਜਾਓ, ਤੁਸੀਂ ਕਿੱਥੋਂ ਤੱਕ ਲੈ ਜਾਓ 100 ਤੱਕ। ਤਾਂ ਲਾਈਕ ਵੀ ਕਰਦੇ ਰਿਹਾ ਕਰੋ, ਕਮੈਂਟ ਵੀ ਕਰਦੇ ਰਿਹਾ ਕਰੋ, ਸਟੇਟਸ ਵੀ ਲਾਉਂਦੇ ਰਿਹਾ ਕਰੋ, ਫਿਰ ਇਸ ਤਰੀਕੇ ਦਾ ਕੰਟੈਂਟ ਆ ਜਿਹੜਾ ਉਹ ਮੈਂ ਵਾਰ ਵਾਰ ਤੁਹਾਡੇ ਵਾਸਤੇ ਲਿਆ ਸਕਦਾ। ਆ ਸਾਰੀ ਚੀਜ਼ ਜਿਹੜੀ ਮੈਂ ਤੁਹਾਡੇ ਸਾਹਮਣੇ ਵੇਖੋ ਐਕਸਪਲੇਨੇਸ਼ਨ 'ਚ ਆ, ਪਿੱਛੇ ਮੈਂ ਸਾਰੀ ਚੀਜ਼ ਜਿਹੜੀ ਤੁਹਾਨੂੰ ਸਮਝਾ ਦਿੱਤੀ, ਇਹਦਾ ਨਿਰਮਾਣ ਸਟਾਰਟ ਕਰਵਾਇਆ ਸੀ ਕੁਤਬਦੀਨ ਐਬਕ ਨੇ, ਇਹਨੂੰ ਕੰਮ ਪੂਰਾ ਕੀਤਾ ਸੀ ਇਲਤੁਤਮਿਸ ਨੇ, ਫਿਰੋਜ਼ ਸ਼ਾਹ ਤੁਗਲਕ ਨੇ, ਚੌਥੀ ਮੰਜ਼ਿਲ ਜਿਹੜੀ ਨੁਕਸਾਨ ਹੋ ਗਈ ਸੀ ਉਹਨੂੰ ਕੀ ਕੀਤਾ, ਦੁਬਾਰਾ ਬਣਾਇਆ ਸੀ, ਠੀਕ ਹੈ। ਇਹ ਚੀਜ਼ਾਂ ਜਿਹੜੀਆਂ ਨੇ ਇਹ ਖਿਆਲ ਵਿੱਚ ਰੱਖਣੀਆਂ, ਇਹ ਚੀਜ਼ਾਂ ਤੁਸੀਂ ਸਮਝਣੀਆਂ। ਹੁਣ ਆ ਗਿਆ ਕੁਤਬਦੀਨ ਐਬਕ ਦੀ ਰਾਜਧਾਨੀ ਕਿਹੜੀ ਸੀ, ਠੀਕ ਹੈ, ਹੁਣ ਕਿਹੜੀ ਸੀ ਕੁਤਬਦੀਨ ਐਬਕ ਦੀ, ਠੀਕ ਹੈ। ਤਾਂ ਐਗਜ਼ਾਮ ਜਿਹੜਾ ਹੈਗਾ ਹਰਦੀਪ ਬਹੁਤ ਜਲਦ ਜਿਹੜਾ ਹੈ ਉਹ ਹੋ ਜਾਏਗਾ, ਕਿਹਾ ਜਾ ਰਿਹਾ ਫਰਵਰੀ ਮਾਰਚ ਤੱਕ ਜਿਹੜਾ ਉਹ ਐਗਜ਼ਾਮ ਇਹਦਾ ਲੈ ਲੈਣਗੇ, ਬੜੀ ਜਲਦੀ ਜਿਹੜਾ ਹੈ ਐਗਜ਼ਾਮ ਉਹ ਹੋਊਗਾ, ਠੀਕ ਹੈ। ਤਾਂ ਉਹਦੇ ਵਿੱਚ ਅਸੀਂ ਹੁਣ ਵੇਖੋ ਕੁਤਬ ਮੀਨਾਰ ਜਿਹੜਾ ਜਿਹੜੀ ਐਬਕ ਦੀ ਰਾਜਧਾਨੀ ਆ ਇਹ ਕਿਹੜੀ ਸੀ। ਹੁਣ ਤੁਹਾਨੂੰ ਪਤਾ ਹੀ ਕਿ ਕੁਤਬਦੀਨ ਐਬਕ ਜਿਹੜਾ ਹੈਗਾ ਇਹਨੇ ਦਿੱਲੀ ਵਾਲੀ ਜਗ੍ਹਾ ਜਿਹੜੀ ਹੈਗੀ ਸੀ ਇਹਦੇ ਉੱਤੇ ਇਹਨੇ ਰਾਜ ਸਥਾਪਿਤ ਕੀਤਾ ਸੀ ਅਤੇ ਦਿੱਲੀ ਸਲਤਨਤ ਦੀ ਸ਼ੁਰੂਆਤ ਕੀਤੀ ਸੀ, ਅਤੇ ਕੁਤਬਦੀਨ ਐਬਕ ਜਿਹੜਾ ਹੈਗਾ ਸੀ ਮੁਹੰਮਦ ਗੌਰੀ ਦਾ ਗੁਲਾਮ ਸੀ। ਤਾਂ ਇਹਦੀ ਜਿਹੜੀ ਰਾਜਧਾਨੀ ਸੀ ਇਹਨੇ ਆਪਦੀ ਰਾਜਧਾਨੀ ਕੀ ਕੀਤੀ ਸੀ, ਲਾਹੌਰ ਕੀਤੀ ਸੀ। ਕਿਹੜੀ ਕੀਤੀ ਸੀ? ਲਾਹੌਰ ਕੀਤੀ ਸੀ। ਔਰ ਇਲਤੁਤਮਿਸ ਨੇ ਜਿਹੜੀ ਆਪਣੀ ਰਾਜਧਾਨੀ ਲਾਹੌਰ ਤੋਂ ਚੇਂਜ ਕਰਕੇ ਕਿਹੜੀ ਲੈ ਆਇਆ ਸੀ? ਤਾਂ ਉਹ ਦਿੱਲੀ ਲੈ ਆਇਆ ਸੀ। ਕਿਹੜੀ ਲੈ ਕੇ ਆਇਆ ਸੀ? ਦਿੱਲੀ ਲੈ ਆਇਆ ਸੀ। ਤਾਂ ਇਸ ਕਰਕੇ ਮੇਰੇ ਪਿਆਰੇ ਬੱਚੋ ਜਿਹੜਾ ਇਹਦਾ ਆਂਸਰ ਆਊਗਾ, ਤਾਂ ਇਹਦਾ ਬੜਾ ਪਿਆਰਾ ਜਿਹਾ ਆਂਸਰ ਇੱਕੋ ਇੱਕ ਬਣਦਾ ਹੈ, ਤਾਂ ਉਹ ਕਿਹੜਾ ਬਣਦਾ ਹੈ? ਲਾਹੌਰ ਬਣਦਾ ਹੈ। ਤਾਂ ਇਸੇ ਕਰਕੇ ਇਹ ਆਂਸਰ ਸਹੀ ਆਊਗਾ। ਜੇ ਇਹ ਵੀ ਕੁਤਬਦੀਨ ਐਬਕ ਦੀ ਜਗ੍ਹਾ ਦੇ ਉੱਤੇ ਇਲਤੁਤਮਿਸ ਆ ਜਾਂਦੇ ਤਾਂ ਫਿਰ ਕੀ ਆ ਜਾਂਦਾ ਸੀ? ਫਿਰ ਦਿੱਲੀ ਆ ਜਾਂਦਾ ਸੀ, ਕਿਉਂਕਿ ਇਲਤੁਤਮਿਸ ਜਿਹੜਾ ਹੈਗਾ ਸੀ ਉਹ ਕਿਹੜੀ ਜਗ੍ਹਾ ਦੇ ਉੱਤੇ ਉਹਨੇ ਆਪਣੀ ਰਾਜਧਾਨੀ ਚੇਂਜ ਕਰ ਲਈ ਸੀ? ਉਹਨੇ ਕਰ ਲਈ ਸੀ ਮੇਰੇ ਪਿਆਰੇ ਬੱਚਿਓ, ਉਹਨੇ ਜਿਹੜੀ ਕੀਤੀ ਸੀ ਉਹ ਕੀਤੀ ਸੀ ਦਿੱਲੀ। ਅਤੇ ਅੱਗੇ ਜਾ ਕੇ ਮੁਹੰਮਦ ਤੁਗਲਕ, ਕਿਉਂਕਿ ਦੋ ਤਿੰਨ ਚੀਜ਼ਾਂ ਖਿਆਲ ਵਿੱਚ ਰੱਖਣੀਆਂ,
ਦਿੱਲੀ ਸਲਤਨਤ ਨੂੰ ਅਸੀਂ ਪੰਜ ਵੰਸ਼ਾਂ ਦੇ ਵਿੱਚ ਵੰਡਦੇ, ਪਹਿਲਾ ਵੰਸ਼ ਗੁਲਾਮ ਵੰਸ਼, ਦੂਜਾ ਖਿਲਜੀ ਵੰਸ਼, ਤੀਜਾ ਤੁਗਲਕ ਵੰਸ਼, ਚੌਥਾ ਸ਼ੇਅਦ ਵੰਸ਼, ਪੰਜਵਾਂ ਲੋਧੀ ਵੰਸ਼। ਇਹਨਾਂ ਨੇ ਕਿਹੜੀ ਕਿਹੜੀ ਕਿੰਨੀ ਰਾਜਧਾਨੀ ਰਹੀ, ਇਹ ਪੇਪਰ 'ਚ ਸਵਾਲ ਅਕਸਰ ਹੀ ਆਉਂਦਾ ਜਾਂਦਾ ਰਹਿੰਦਾ। ਤਾਂ ਤੁਸੀਂ ਇਹਨਾਂ ਖਿਆਲ ਮੋਟੇ ਪੱਧਰ ਦੇ ਵਿੱਚ ਰੱਖਣਾ, ਠੀਕ ਹੈ। ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਵਿਸਰਨੀਆਂ ਨਹੀਂ ਚਾਹੀਦੀਆਂ। ਜੇ ਤੁਸੀਂ ਟੋਪਰ ਬਣਨਾ, ਹਰ ਹਾਲਾਤ ਦੇ ਵਿੱਚ ਜੇ ਤੁਸੀਂ ਸਿਲੈਕਸ਼ਨ ਲੈਣੀ ਆ, ਠੀਕ, ਤਾਂ ਉਸ ਤੋਂ ਬਾਅਦ ਤੁਸੀਂ ਆ ਜਾਓ ਅਗਲੇ ਚੀਜ਼ ਦੇ ਉੱਤੇ। ਚਲੋ ਮੈਂ ਇਹਦੀ ਸਾਰੀ ਐਕਸਪਲੇਨੇਸ਼ਨ ਆ ਜਿਹੜੀ ਉਹ ਤੁਹਾਡੇ ਸਾਹਮਣੇ ਇਹ ਰਹੀ। ਉਸ ਤੋਂ ਬਾਅਦ ਆ ਗਿਆ ਅਗਲਾ ਸਵਾਲ, ਠੀਕ ਹੈ। ਅਗਲਾ ਸਵਾਲ ਇਹਦੇ ਵਿੱਚੋਂ ਆ ਗਿਆ ਕਿ ਜਿਹੜਾ ਸੁਲਤਾਨ ਕੁਤਬਦੀਨ ਐਬਕ ਦੀ ਮੌਤ ਕਿਵੇਂ ਹੋਈ ਸੀ। ਹੁਣ ਜਿਹੜਾ ਸੁਲਤਾਨ ਕੁਤਬਦੀਨ ਐਬਕ ਹੈਗਾ, ਠੀਕ ਹੈ, ਤਾਂ ਇਹਦੀ ਮੌਤ ਕਿਸ ਤਰੀਕੇ ਨਾਲ ਹੋਈ ਸੀ, ਠੀਕ ਹੈ। ਠੀਕ ਹੈ, ਤਾਂ ਇਹਦੇ ਵਾਸਤੇ ਜਿਹੜੀ ਅਸੀਂ ਗੱਲ ਕਰਦੇ ਹਾਂ ਤਾਂ ਇਹ ਅੰਡਰਸਟੈਂਡ ਕਰਨਾ ਤੁਸੀਂ, ਤਾਂ ਸੁਲਤਾਨ ਕੁਤਬਦੀਨ ਐਬਕ ਦੀ ਜਿਹੜੀ ਮੌਤ ਹੋਈ ਸੀ ਨਾ, ਤਾਂ ਇਹ ਮੌਤ ਹੋਈ ਸੀ ਚੁਗਾਨ ਖੇਡਦੇ ਸਮੇਂ, ਘੋੜੇ ਤੋਂ ਡਿੱਗ ਕੇ ਇਸਦੀ ਮੌਤ ਹੋਈ ਸੀ। ਕੀ ਖੇਡਦੇ? ਚੁਗਾਨ ਖੇਡਦੇ ਸਮੇਂ ਘੋੜੇ ਦੇ ਵਿੱਚ, ਕਹਿੰਦੇ ਪੋਲੋ, ਅੱਜ ਦੇ ਸਮੇਂ ਦੇ ਵਿੱਚ ਇਹਨੂੰ ਅਸੀਂ ਕੀ ਕਹਿੰਦੇ ਹਾਂ? ਪੋਲੋ ਖੇਡਦਾ। ਆਧੁਨਿਕ ਇਸ ਗੇਮ ਨੂੰ ਅਸੀਂ ਪੋਲੋ ਦਾ ਨਾਮ ਦੇ ਦਿੱਤਾ। ਤਾਂ ਪੋਲੋ ਖੇਡਦੇ ਹੋਏ ਅਸੀਂ ਇਹਦੀ ਜਿਹੜੀ ਕੁਤਬਦੀਨ ਐਬਕ ਦੀ ਜਿਹੜੀ ਸੀ ਮੌਤ ਹੋਈ ਸੀ। ਤਾਂ ਇਸੇ ਕਰਕੇ ਜਿਵੇਂ ਦੀ ਐਕਸਪਲੇਨੇਸ਼ਨ ਵੇਖੋ ਤੁਸੀਂ, ਕੁਤਬਦੀਨ ਐਬਕ ਦੀ ਮੌਤ ਕਦੋਂ ਹੋਈ ਸੀ? 1210 ਈਸਵੀ ਦੇ ਵਿੱਚ ਹੋਈ ਸੀ। ਤਾਂ ਚੁਗਾਨ ਜਿਹਨੂੰ ਅੱਜ ਕੱਲ੍ਹ ਪੋਲੋ ਵਰਗੀ ਖੇਡ ਕਹਿੰਦੇ ਆ, ਜਿਹੜੀ ਘੋੜੇ ਦੇ ਉੱਤੇ ਖੇਡੀ ਜਾਂਦੀ ਸੀ, ਤਾਂ ਘੋੜੇ ਉੱਤੇ ਖੇਡਣ ਕਰਕੇ ਡਿੱਗ ਕੇ ਹੋਈ ਸੀ। ਅਤੇ ਇਸੇ ਕਰਕੇ ਇਹਨੂੰ ਲਾਹੌਰ ਦੇ ਵਿੱਚ ਦਫਨਾਇਆ ਗਿਆ ਸੀ। ਔਰ ਕਬਰਾਂ ਵੀ ਪੁੱਛੀਆਂ ਜਾਂਦੀਆਂ ਨੇ ਕਿ ਕੁਤਬਦੀਨ ਐਬਕ ਦੀ ਕਬਰ ਕਿੱਥੇ ਬਣੀ, ਇਲਤੁਤਮਿਸ ਦੀ ਕਬਰ ਕਿੱਥੇ ਬਣੀ। ਤਾਂ ਕੁਤਬਦੀਨ ਐਬਕ ਦੀ ਜਿਹੜੀ ਕਬਰ ਬਣੀ ਸੀ ਉਹ ਲਾਹੌਰ ਦੇ ਵਿੱਚ ਬਣਾਤੀ ਸੀ, ਠੀਕ ਹੈ। ਲਾਹੌਰ ਪੰਜਾਬ ਦਾ ਦਿਲ ਕਹਿੰਦੇ ਅਸੀਂ। ਲਾਹੌਰ ਜਦੋਂ ਸਾਡੇ ਤੋਂ ਦੂਰ ਗਿਆ ਤਾਂ ਬਹੁਤ ਕੁਛ ਸਾਡੇ ਤੋਂ ਕਹਿੰਦੇ ਨੇ ਦੂਰ ਗਿਆ ਚਲਾ ਸੀ। ਤਾਂ ਲਾਹੌਰ ਦੇ ਉੱਤੇ ਜਿਹੜੀ ਇਹਦੀ ਬਣਾਈ ਗਈ ਸੀ, ਅਤੇ ਗੁਲਾਮ ਵੰਸ਼ ਦਾ ਜਿਹੜਾ ਸੰਸਥਾਪਕ ਇਹਨੂੰ ਮੰਨਿਆ। ਪਰ ਇੱਕ ਚੀਜ਼ ਅੰਡਰਸਟੈਂਡ ਕਰਨੀ ਹੈ, ਗੁਲਾਮ ਵੰਸ਼ ਦਾ ਸੰਸਥਾਪਕ ਮੰਨਿਆ ਜਾਂਦਾ, ਰੀਅਲ ਫਾਊਂਡਰ ਨਹੀਂ ਮੰਨਿਆ ਜਾਂਦਾ, ਵਾਸਤਵਿਕ ਸੰਸਥਾਪਕ ਨਹੀਂ ਮੰਨਿਆ ਜਾਂਦਾ। ਜਿਹੜਾ ਵਾਸਤਵਿਕ ਸੰਸਥਾਪਕ ਹੈਗਾ ਨਾ ਗੁਲਾਮ ਵੰਸ਼ ਦਾ, ਉਹ ਇਲਤੁਤਮਿਸ ਹੀ ਹੈਗਾ। ਇਹ ਗੱਲ ਨੂੰ ਅੰਡਰਸਟੈਂਡ ਕਰਨਾ, ਇਸ ਗੱਲ ਨੂੰ ਤੁਸੀਂ ਸਮਝਣਾ। ਅਤੇ ਹੇਠ ਲਿਖਿਆ ਵਿੱਚੋਂ ਕਿਸ ਨੇ ਦਿੱਲੀ ਨੂੰ ਸਲਤਨਤ ਦੀ ਰਾਜਧਾਨੀ ਵਜੋਂ ਸਥਾਪਿਤ ਕੀਤਾ? ਸਵਾਲ ਆ ਗਿਆ ਹੁਣ, ਹੁਣੇ ਇਹ ਸਵਾਲ ਮੈਂ ਤੁਹਾਨੂੰ ਸਮਝਾ ਕੇ ਹਟਿਆ ਸੀ। ਚਲੋ ਇਸ ਸਵਾਲ ਦਾ ਆਂਸਰ ਇੱਕ ਵਾਰ ਮੈਂ ਤੁਹਾਡੇ ਤੋਂ ਲੈ ਹੀ ਲਵਾਂ, ਠੀਕ ਹੈ। ਉਸ ਤੋਂ ਬਾਅਦ ਮੈਂ ਇਹਦੀ ਐਕਸਪਲੇਨੇਸ਼ਨ ਵੀ ਕਰੂੰਗਾ। ਤਾਂ ਪਹਿਲੀ ਚੀਜ਼ ਵੇਖੋ ਤੁਸੀਂ ਅੰਡਰਸਟੈਂਡ ਕਰ ਲਈ। ਮੈਂ ਤੁਹਾਨੂੰ ਦੱਸਿਆ ਸੀ ਕਿ ਕੁਤਬਦੀਨ ਐਬਕ ਜਿਹੜਾ ਕਿ ਇੱਕ ਮੁਹੰਮਦ ਗੌਰੀ ਦਾ ਗੁਲਾਮ ਸੀ, ਗੁਲਾਮ ਵੰਸ਼ ਦੀ ਸ਼ੁਰੂਆਤ ਕੀਤੀ, ਦਿੱਲੀ ਵੰਸ਼ ਦੀ ਸ਼ੁਰੂਆਤ ਕੀਤੀ, ਤੁਰਕੀਆਂ ਦਾ ਸੰਸਥਾਪਨਾ ਕੀਤੀ ਉਹਨੇ। ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ, ਉਹਨੂੰ ਅਸੀਂ ਵਾਸਤਵਿਕ ਸੰਸਥਾਪਕ ਨਹੀਂ ਕਹਿੰਦੇ ਅਸੀਂ ਦਿੱਲੀ ਸਲਤਨਤ ਦਾ ਜਾਂ ਗੁਲਾਮ ਵੰਸ਼ ਦਾ। ਕਿਉਂ ਨਹੀਂ ਕਹਿੰਦੇ? ਕਿਉਂਕਿ ਉਹਨੇ ਕੋਈ ਪਾਧੀ ਧਾਰਨ ਕੀਤੀ ਸੀ, ਸੁਲਤਾਨ ਦੀ ਪਾਧੀ ਜਾ ਕੇ ਇਲਤੁਤਮਿਸ ਨੇ ਧਾਰਨ ਕੀਤੀ ਸੀ। ਇਹ ਗੱਲ ਨੂੰ ਅੰਡਰਸਟੈਂਡ ਕਰਨਾ, ਇਸ ਗੱਲ ਨੂੰ ਤੁਸੀਂ ਸਮਝਣਾ, ਕਿਉਂਕਿ ਮੈਂ ਛੋਟੇ ਛੋਟੇ ਪੁਆਇੰਟ ਤੁਹਾਡੇ ਲਈ ਸਮਝਾ ਰਿਹਾ। ਇਹ ਮੈਨੂੰ ਪਤਾ ਕਿ ਜਿੰਨੇ ਤੁਸੀਂ ਲਾਏ ਹੋ, ਕਲਾਸ ਖਤਮ ਹੋਣ ਤੋਂ ਬਾਅਦ ਸਾਰੇ ਬੱਚੇ ਸਟੇਟਸ ਲਾਉਣਗੇ ਅਤੇ ਸਾਰੇ ਗਰੁੱਪਾਂ 'ਚ ਸ਼ੇਅਰ ਕਰਨਗੇ। ਆਪਾਂ ਬੜੀ ਜਲਦੀ ਜਿਹੜੀ ਇਹ ਟੀਮ ਆ ਇਹ ਬਹੁਤ ਵੱਡੀ ਲੈ ਜਾਣੀ ਆ। ਤਾਂ ਇਸੇ ਕਰਕੇ ਫਿਰ ਹੁਣ ਦਿੱਲੀ ਦੀ ਅਸੀਂ ਗੱਲ ਕਰੀਏ। ਦਿੱਲੀ ਜਿਹੜੀ ਹੈਗੀ ਆ, ਦਿੱਲੀ ਸਲਤਨਤ ਦੀ ਰਾਜਧਾਨੀ ਨੂੰ ਦਿੱਲੀ ਵਜੋਂ ਦਿੱਲੀ ਦੇ ਵਿੱਚ ਕੌਣ ਲੈ ਕੇ ਆਇਆ ਸੀ? ਤਾਂ ਦਿੱਲੀ ਵਿੱਚ ਇਹਨੂੰ ਲੈ ਕੇ ਆਇਆ ਸੀ ਇਲਤੁਤਮਿਸ। ਕੌਣ ਲੈ ਕੇ ਆਇਆ ਸੀ? ਇਲਤੁਤਮਿਸ। ਇਹ ਕਿੱਥੋਂ ਚੱਕ ਕੇ ਲਿਆਇਆ ਸੀ? ਲਾਹੌਰ ਤੋਂ। ਲਾਹੌਰ ਸਾਡਾ ਪੁਰਾਤਨ ਸ਼ਹਿਰ, ਪੰਜਾਬ ਦਾ ਬੜਾ ਮਸ਼ਹੂਰ ਸ਼ਹਿਰ ਲਾਹੌਰ, ਉਹਨੂੰ ਛੱਡ ਕੇ ਦਿੱਲੀ ਨੂੰ ਮੂੰਹ ਕਰ ਲਿਆ ਸੀ ਕਿੰਨੇ? ਇਲਤੁਤਮਿਸ ਨੇ। ਇਹ ਗੱਲ ਅੰਡਰਸਟੈਂਡ ਕਰਨੀ ਆ। ਤਾਂ ਇਸੇ ਤਰ੍ਹਾਂ ਹੀ ਅਸੀਂ ਵੇਖੋ ਇਲਤੁਤਮਿਸ 1211 ਤੋਂ ਲੈ ਕੇ 36 ਤੱਕ
ਦਿੱਲੀ ਸਲਤਨਤ ਦੀ, ਦਿੱਲੀ ਸਲਤਨਤ ਦੀ ਰਾਜਧਾਨੀ ਵਜੋਂ ਸਥਾਪਿਤ ਕੀਤਾ। ਅਤੇ ਇਸ ਤੋਂ ਪਹਿਲਾਂ ਜਿਹੜਾ ਕੁਤਬਦੀਨ ਐਬਕ ਸੀ ਇਹਨੇ ਲਾਹੌਰ ਹੀ ਆਪਣੀ ਰਾਜ ਕੀਤਾ। ਇਲਤੁਸ ਨੇ ਹੀ ਇਸਨੂੰ ਦਿੱਲੀ ਸਲਤਨਤ ਦੌਰਾਨ ਕਾਲ ਭਾਰਤ ਦੇ ਸਭ ਤੋਂ ਸ਼ੁੱਧ ਅਰਬੀ ਸਿੱਕੇ, ਸਭ ਤੋਂ ਸ਼ੁੱਧ ਅਰਬੀ ਸਿੱਕੇ ਪੇਸ਼ ਕੀਤੇ। ਅਤੇ ਉਸਨੇ ਦਿੱਲੀ ਸਲਤਨਤ ਯੁੱਗ ਦੇ ਦੋ ਮਹੱਤਵਪੂਰਨ ਚਾਂਦੀ ਸਿੱਕੇ ਸਿੱਕੇ ਚਲਾਏ, ਚਾਂਦੀ ਦਾ ਟਾਂਕਾ ਅਤੇ ਤਾਂਬੇ ਦਾ ਜੀਤਲ। ਇਹ ਦੋ ਸਿੱਕੇ ਜਿਹੜੇ ਨੇ ਇਹ ਕਿਹਨੇ ਚਲਾਏ ਸੀ? ਪੇਪਰ ਦੇ ਵਿੱਚ ਇਹ ਸਵਾਲ ਆਉਂਦਾ ਵੀ ਆ, ਤਾਂ ਇਹ ਇਲਤੁਤਮਿਸ ਨੇ ਚਲਾਏ ਸੀ। ਇਸੇ ਕਰਕੇ ਛੋਟੇ 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 ਪੁਆਇੰਟਾਂ ਦੇ ਉੱਤੇ ਤੁਸੀਂ ਜਾਂਦੇ ਹੋਏ ਅਗਲੇ ਪਾਸੇ ਆਉਣਾ ਹੈ। ਹੁਣ ਆ ਗਿਆ ਅਗਲਾ ਸਵਾਲ ਤੁਹਾਡੇ ਸਾਹਮਣੇ। ਹੁਣ ਅਗਲਾ ਸਵਾਲ ਹੈਗਾ, ਦਿੱਲੀ ਦਾ ਪਹਿਲਾ ਸੁਲਤਾਨ ਕੌਣ ਸੀ ਜਿਸ ਨੇ ਨਿਜ਼ਮਤ, ਹੁਣ ਮੈਂ ਪਿੱਛੇ ਦੱਸਿਆ ਨਿਜ਼ਮਤ ਸਿੱਕੇ, ਜੇ ਅਸੀਂ ਗੱਲ ਕਰੀਏ ਰੈਗੂਲਰ ਪੂਰੇ ਐ ਪੂਰੇ ਇੱਕ ਸ਼ੁੱਧ, ਜਿਹਨੇ ਕੌਣ ਚਲਾਏ ਸੀ, ਸਿੱਕੇ ਚਲਾਏ ਸੀ, ਉਹ ਕਿੰਨੇ ਜਾਰੀ ਕੀਤੇ ਸੀ? ਅਤੇ ਦਿੱਲੀ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਕਿੰਨੇ ਘੋਸ਼ਿਤ ਕੀਤਾ ਸੀ? ਅਤੇ ਦਿੱਲੀ ਨੂੰ ਆਪਣੇ ਅੰਪਾਇਰ ਦੀ ਰਾਜਧਾਨੀ ਕਿੰਨੇ ਘੋਸ਼ਿਤ ਕੀਤਾ ਸੀ? ਜਿਵੇਂ ਕਿ ਮੈਂ ਪਿੱਛੇ ਸਮਝਾਇਆ, ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਕੁਤਬਦੀਨ ਐਬਕ ਨੇ, ਅਤੇ ਦਿੱਲੀ ਨੂੰ ਆਪਣੀ ਰਾਜਧਾਨੀ ਦਿੱਲੀ ਸਲਤਨਤ ਦੇ ਵਿੱਚ ਬਣਾਇਆ ਸੀ ਇਲਤੁਤਮਿਸ ਨੇ। ਅਤੇ ਪਿਓ ਸਿੱਕੇ ਕਿੰਨੇ ਜਾਰੀ ਕੀਤੇ ਸੀ, ਉਹ ਕਿਹਨੇ ਕੀਤੇ ਸੀ? ਉਹ ਵੀ ਇਲਤੁਤਮਿਸ ਨੇ ਕੀਤੇ ਸੀ। ਤਾਂ ਇਲਮ ਜਿਹੜਾ ਵੇਖੋ ਤੁਸੀਂ, ਇਲਤੁਤਮਿਸ ਜਿਹੜਾ ਹੈਗਾ ਇਹ ਕੀ ਸੀ? ਇਹਨੂੰ ਗੁਲਾਮਾਂ ਦਾ ਗੁਲਾਮ ਵੀ ਕਿਹਾ ਜਾਂਦਾ ਸੀ ਵੇਖੋ, ਕਿਉਂਕਿ ਇਹ ਮੁਹੰਮਦ ਗੌਰੀ ਦਾ ਗੁਲਾਮ ਸੀ। ਕਿਹਦਾ ਗੁਲਾਮ ਸੀ? ਮੁਹੰਮਦ ਗੌਰੀ ਦਾ। ਇਹ ਗੁਲਾਮ ਉਸ ਤਰੀਕੇ ਦੇ ਗੁਲਾਮ ਨਹੀਂ ਸੀ, ਇਹ ਗੁਲਾਮ ਬਹੁਬਲੀ ਦੇ ਵਿੱਚ ਕਟਾਪੇ ਤਰ੍ਹਾਂ ਸੀ, ਜਿਵੇਂ ਕਟਾਪਾ ਬਹੁਬਲੀ ਦੇ ਵਿੱਚ ਇੱਕ ਕਮਾਂਡਰ ਗੁਲਾਮ ਸੀ, ਇਹ ਕਮਾਂਡਰ ਗੁਲਾਮ ਸੀ। ਤਾਂ ਇਹ ਗੱਲ ਮੁਮਲੁਕ, ਇਸ ਕਰਕੇ ਇਹਨਾਂ ਨੂੰ ਮੁਮਲੁਕ ਵੀ ਕਿਹਾ ਜਾਂਦਾ। ਤਾਂ ਚਲੋ ਜ਼ਿਆਦਾ ਆਪਾਂ ਜਦੋਂ ਜਿੰਨੀਆਂ ਕਲਾਸਾਂ ਜਿਵੇਂ ਜਿਵੇਂ ਆਉਂਦੀਆਂ ਗਈਆਂ, ਇਲਤੁਤਮਿਸ ਕਹਿੰਦੇ ਕਿ ਬੜਾ ਸੋਹਣਾ ਸੀ, ਬੜਾ ਹੈਂਡਸਮ ਸੀ, ਬੜਾ ਸਮਾਰਟਨੈਸ ਸੀ, ਅਤੇ ਇਹ ਮੁਹੰਮਦ ਗੌਰੀ ਦਾ ਗੁਲਾਮ ਕੁਤਬਦੀਨ ਐਬਕ ਸੀ, ਅਤੇ ਕੁਤਬਦੀਨ ਐਬਕ ਦਾ ਗੁਲਾਮ ਇਲਤੁਤਮਿਸ ਸੀ। ਇਸ ਕਰਕੇ ਇਹਨੂੰ ਅਸੀਂ ਕੀ ਕਹਿੰਦੇ ਹਾਂ? ਗੁਲਾਮਾਂ ਦਾ ਗੁਲਾਮ ਕਹਿੰਦੇ ਹਾਂ। ਅਤੇ ਨਾਲੇ ਵੇਖੋ, ਇੱਕ ਤਾਂ ਇਹ ਗੁਲਾਮ ਸੀ ਕੁਤਬਦੀਨ ਐਬਕ ਦਾ, ਇੱਕ ਕੁਤਬਦੀਨ ਐਬਕ ਨੇ ਆਪਦੀ ਕੁੜੀ ਵਿਆਹੀ ਹੋਈ ਸੀ ਇਹਦੇ ਨਾਲ, ਇਹ ਜਵਾਈ ਵੀ ਸੀ ਹੁੰਦਾ, ਠੀਕ ਹੈ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਜੁੜਦੀਆਂ ਆਉਂਦੀਆਂ ਸੀ। ਤਾਂ ਇਸੇ ਕਰਕੇ ਚਲੋ ਅਸੀਂ ਬੀ ਆਂਸਰ ਜਿਹੜਾ ਉਹ ਸਹੀ ਆਊਗਾ, ਚੀਜ਼ਾਂ ਤੁਸੀਂ ਸਮਝ ਗਏ ਹੋਗੇ। ਦਿੱਲੀ ਦਾ ਪਹਿਲਾ ਮੁਸਲਮਾਨ ਸ਼ਾਸਕ ਕੌਣ ਸੀ? ਹੁਣ ਇੱਥੇ ਤੁਸੀਂ ਕੁਝ ਕੰਪਲੀਕੇਟ ਜ਼ਰੂਰ ਹੋ ਗਏ ਇਸ ਸਵਾਲ ਦੇ ਉੱਤੇ, ਕਿਉਂਕਿ ਆਹ ਜਿਹੜੀ ਕੰਪਲੀਕੇਸ਼ਨਸ ਨਾ ਇਹ ਹਮੇਸ਼ਾ ਬਣੀਆਂ ਰਹਿੰਦੀਆਂ। ਮੈਂ ਦੋ ਚਾਰ ਚੀਜ਼ਾਂ ਇੱਥੇ ਸਮਝਾਊਂਗਾ ਤੁਹਾਨੂੰ, ਦੋ ਚਾਰ ਚੀਜ਼ਾਂ। ਹੁਣ ਪਹਿਲਾ ਸਵਾਲ ਵੇਖੋ ਤੁਸੀਂ, ਪਹਿਲਾ ਸਵਾਲ ਕੀ ਆਉਂਦਾ ਹੈ? ਪਹਿਲੀ ਗੱਲ ਤਾਂ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਹਮਲਾ ਕਿਹੜੇ ਮੁਸਲਮਾਨਾਂ ਨੇ ਕੀਤਾ ਸੀ? ਅਰਬਾਂ ਨੇ ਕੀਤਾ ਸੀ, ਕਿਉਂਕਿ ਮੁਹੰਮਦ ਬਿਨ ਕਾਸਿਮ ਜਿਹੜਾ ਹੈਗਾ ਸੀ ਉਹ ਅਰਬੀ ਸੀ। ਉਸ ਤੋਂ ਬਾਅਦ ਭਾਰਤ ਵਿੱਚ ਹਮਲਾ ਕਿਹਨਾਂ ਕੀਤਾ ਸੀ? ਤੁਰਕੀਆਂ ਨੇ ਕੀਤਾ ਸੀ। ਤਾਂ ਤੁਰਕੀ ਦੇ ਵਿੱਚ ਦੋ ਹਮਲਾਵਾਰ ਆਏ, ਇੱਕ ਤਾਂ ਗੌਰੀ ਆਇਆ ਅਤੇ ਇੱਕ ਕਿਹੜਾ ਆਇਆ ਸੀ? ਇੱਕ ਗਜਨਵੀ ਆਇਆ। ਕੌਣ ਆਇਆ? ਗਜਨਵੀ ਆਇਆ। ਅਤੇ ਭਾਰਤ ਵਿੱਚ ਤੁਰਕੀ ਰਾਜ, ਜਿਹੜਾ ਤੁਰਕੀ ਦਾ ਰਾਜ ਸਥਾਪਿਤ ਕੀਤਾ ਸੀ ਉਹ ਕਿਹਨੇ ਕੀਤਾ ਸੀ? ਉਹ ਐਬਕ ਨੇ ਕੀਤਾ ਸੀ। ਅਤੇ ਉਸ ਤੋਂ ਬਾਅਦ ਅਸੀਂ ਇੱਕ ਚੀਜ਼ ਹੋਰ ਮੰਨਦੇ ਹਾਂ, ਜਿਹੜਾ ਕਿਉਂਕਿ ਕੁਤਬਦੀਨ ਐਬਕ ਨੂੰ ਅਸੀਂ ਰੀਅਲ ਰਾਜਾ ਨਹੀਂ ਮੰਨਦੇ। ਕਿਹੜਾ ਰਾਜਾ ਨਹੀਂ ਮੰਨਦੇ? ਰੀਅਲ ਰਾਜਾ ਨਹੀਂ ਮੰਨਦੇ। ਜਿਹੜਾ ਅਸੀਂ ਰੀਅਲ ਰਾਜਾ ਮੰਨਦੇ ਹਾਂ ਨਾ, ਉਹ ਅਸੀਂ ਇਲਤੁਤਮਿਸ ਨੂੰ ਮੰਨਦੇ ਹਾਂ। ਤਾਂ ਇਸ ਕਰਕੇ ਜਿਹੜਾ ਪਹਿਲਾ ਮੁਸਲਮਾਨ ਸ਼ਾਸਕ ਅਸੀਂ ਮੰਨਦੇ ਹਾਂ ਉਹ ਇਲਤੁਤਮਿਸ ਨੂੰ ਮੰਨਦੇ ਹਾਂ, ਕਿਉਂਕਿ ਇਹਨੇ ਕੀ ਕੀਤਾ ਸੀ? ਇਹਨੇ ਖਲੀਫਾ ਦੀ ਉਪਾਧੀ, ਜਿਹੜੀ ਸੁਲਤਾਨ ਦੀ ਉਪਾਧੀ ਆ, ਕਿਹੜੀ ਉਪਾਧੀ ਆ? ਸੁਲਤਾਨ ਦੀ ਉਪਾਧੀ ਉਹ ਧਾਰਨ ਕਰ ਲਈ ਸੀ। ਅਤੇ ਇਹਨੇ ਜਿਹੜਾ ਸੀ ਕੁਤਬਦੀਨ ਐਬਕ ਸੀ, ਇਹਨੇ ਇਸਲਾਮ ਦੀ ਉਪਾਧੀ ਧਾਰਨ ਨਹੀਂ ਕੀਤੀ। ਇਹ ਕਹਿੰਦਾ ਮੈਂ ਗੌਰੀ ਦੇ ਨਾਂ 'ਤੇ ਹੀ ਰਾਜ ਸੱਤਾ ਕਰੂੰਗਾ, ਮੈਂ ਉਹਦਾ ਬੜਾ ਪੱਕਾ ਗੁਲਾਮ ਆ। ਤਾਂ ਇਹ ਗੱਲ ਅੰਡਰਸਟੈਂਡ ਕਰਨੀ ਆ, ਜਿਵੇਂ ਚਲੋ ਇਹਦੀ ਆਪਾਂ ਐਕਸਪਲੇਨੇਸ਼ਨ 'ਤੇ ਮੈਂ ਤੁਹਾਨੂੰ ਲੈ ਜਾਂਦਾ। ਆ ਵੇਖੋ, ਦਰਅਸਲ ਦਿੱਲੀ ਦਾ ਜਿਹੜਾ ਪਹਿਲਾ ਸੁਲਤਾਨ ਆ ਉਹ ਇਲਤੁਤਮਿਸ ਸੀ, ਕਿਉਂਕਿ ਸੁਲਤਾਨ ਦੀ ਸਭ ਤੋਂ ਪਹਿਲਾਂ ਜਿਹੜੀ ਉਪਾਧੀ ਧਾਰਨ ਕੀਤੀ ਸੀ ਨਾ ਉਹ ਇਹਨੇ ਕੀਤੀ ਸੀ। ਇਸ ਕਰਕੇ ਅਸੀਂ ਵਾਸਤਵਿਕ
ਜਿਹੜਾ ਫਾਊਂਡਰ ਆ ਦਿੱਲੀ ਸਲਤਨਤ ਦਾ, ਗੁਲਾਮ ਵੰਸ਼ ਦਾ, ਉਹ ਅਸੀਂ ਇਹਨੂੰ ਹੀ ਮੰਨਦੇ ਹਾਂ। ਇਹ ਗੱਲਾਂ ਨੂੰ ਅੰਡਰਸਟੈਂਡ ਕਰਨਾ ਹੈ, ਕਿਉਂਕਿ ਉਸਨੂੰ ਸੁਲਤਾਨ ਦਾ ਉਹਦਾ ਗੋਰੀ ਦੇ ਕਿਸੇ ਸ਼ਾਸਕ ਤੋਂ ਨਹੀਂ ਬਲਕਿ ਖਲੀਫਾ ਤੋਂ ਪ੍ਰਾਪਤ ਹੋਇਆ ਸੀ। ਖਲੀਫਾ ਨੇ ਇਲਤੁਤਮਿਸ ਨੂੰ ਉਸ ਪੂਰੇ ਇਲਾਕੇ 'ਤੇ ਰਾਜ ਕਰਨ ਦੀ ਪੁਸ਼ਟੀ ਕੀਤੀ ਸੀ ਜਿਸ ਨੂੰ ਉਹਨੇ ਜਿੱਤ ਲਿਆ ਸੀ, ਅਤੇ ਉਸਨੂੰ ਸੁਲਤਾਨ ਏ ਆਜ਼ਮ ਕਿਹੜਾ ਖਿਤਾਬ ਦਿੱਤਾ ਸੀ, ਸੁਲਤਾਨ ਏ ਆਜ਼ਮ ਦਾ ਜਿਹੜਾ ਖਿਤਾਬ ਆ ਉਹ ਦਿੱਤਾ ਸੀ ਖਲੀਫੇ ਦੁਆਰਾ। ਖਲੀਫਾ ਜਿਹੜਾ ਬਗਦਾਦ ਦਾ ਰਾਜਾ ਸੀ, ਅਤੇ ਉਹਨੂੰ ਅਸੀਂ ਇਸਲਾਮਿਕ ਸਟੇਟ, ਜਿੰਨੀਆਂ ਵੀ ਇਸਲਾਮਿਕ ਸਟੇਟ ਸੀ ਉਹਨਾਂ ਦਾ ਪ੍ਰਮੁੱਖ ਰਾਜਾ ਮੰਨਿਆ ਜਾਂਦਾ ਸੀ। ਇਹ ਗੱਲ ਨੂੰ ਜਿਹੜਾ ਤੁਸੀਂ ਅੰਡਰਸਟੈਂਡ ਕਰਨਾ, ਇਹ ਚੀਜ਼ ਨੂੰ ਤੁਸੀਂ ਸਮਝਣਾ, ਚੀਜ਼ਾਂ ਨੂੰ ਅੰਡਰਸਟੈਂਡ ਕਰਨਾ। ਖਲੀਫਾ ਕੀ ਸੀ? ਖਲੀਫਾ ਦੀ ਪਾਧੀ ਖਾਸ ਕਰਕੇ ਬਗਦਾਦ ਅਤੇ ਤੁਰਕੀ ਵਾਲੀ ਜਗ੍ਹਾ ਦੇ ਵਿੱਚ ਸੀ। ਖਲੀਫਾ ਦੇ ਰਾਜੇ ਨੂੰ ਇਸਲਾਮ ਮੁਹੰਮਦ, ਹਜ਼ਰਤ ਮੁਹੰਮਦ ਦੁਆਰਾ ਬਿਠਾਇਆ ਹੋਇਆ ਬੰਦਾ ਮੰਨਿਆ ਜਾਂਦਾ ਸੀ, ਅਤੇ ਜਿੰਨੀਆਂ ਵੀ ਮੁਸਲਮਾਨ ਸਟੇਟਾਂ ਸੀ, ਰਾਜ ਸੀ, ਤਾਂ ਉਹ ਸਾਰੇ ਉਹ ਖਲੀਫਾ ਦੇ ਹੁਕਮ ਦੇ ਅਕੋਰਡਿੰਗ ਚੱਲਦੇ ਸੀ। ਤਾਂ ਇਹ ਗੱਲ ਨੂੰ ਅੰਡਰਸਟੈਂਡ ਕਰਨਾ, ਇਹ ਚੀਜ਼ਾਂ ਨੂੰ ਸਮਝਣਾ। ਵੇਖੋ, ਮੈਂ ਸਾਰੀਆਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਐਕਸਪਲੇਨੇਸ਼ਨ ਲੈ ਕੇ ਆਇਆ, ਔਰ ਪਹਿਲੀ ਵਾਰ ਪੰਜਾਬ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਐਫਰਟ ਕਰ ਰਹੇ ਹਾਂ ਕਿ ਤੁਹਾਡੇ ਵਾਸਤੇ ਚੰਗੇ ਲੈਵਲ ਦੇ MCQs ਵੀ ਆਉਣ, ਨਾਲ ਦੀ ਨਾਲ ਉਹਦੇ ਐਕਸਪਲੇਨੇਸ਼ਨ ਵੀ ਨੇ, ਔਰ ਸਾਰਿਆਂ ਦੇ ਆਨਸਰ ਪੁਸ਼ਟੀ ਕੀਤੇ ਹੋਏ ਆਨਸਰ ਨੇ ਜਿਹੜੇ ਤੁਹਾਡੇ ਸਾਹਮਣੇ ਆਉਣਗੇ। ਠੀਕ ਹੈ, ਇਹ ਚੀਜ਼ਾਂ ਤੁਸੀਂ ਅੰਡਰਸਟੈਂਡ ਕਰਨੀਆਂ, ਇਹ ਚੀਜ਼ਾਂ ਤੁਸੀਂ ਸਮਝਣੀਆਂ। ਉਸ ਵਕਤ ਗੁਲਾਮਾਂ ਦਾ ਗੁਲਾਮ ਕਿਹਨੂੰ ਕਿਹਾ ਜਾਂਦਾ? ਹੁਣ ਮੈਂ ਪਿੱਛੇ ਹੀ ਸਮਝਾ ਕੇ ਹਟਿਆ ਸੀ, ਗੁਲਾਮਾਂ ਦਾ ਗੁਲਾਮ ਆ ਜਿਹੜਾ ਉਹ ਕਿਹਨੂੰ ਕਿਹਾ ਜਾਂਦਾ, ਮੈਂ ਪਿੱਛੇ ਟੌਪਿਕ ਸਮਝਾਇਆ ਸੀ। ਆਨਸਰ ਦਿਓ, ਗੁਲਾਮਾਂ ਦਾ ਗੁਲਾਮ। ਠੀਕ ਹੈ, ਗੁਲਾਮਾਂ ਦਾ ਗੁਲਾਮ ਅਸੀਂ ਕਿਹਨੂੰ ਕਹਿੰਦੇ ਸੀ? 11ਵੇਂ ਨੰਬਰ ਦਾ ਆਨਸਰ ਤੁਹਾਡਾ, ਜਲਦੀ ਜਲਦੀ ਆਨਸਰ ਆ ਜਾਓ। ਵੈਰੀ ਗੁੱਡ। ਤਾਂ ਗੁਲਾਮਾਂ ਦਾ ਗੁਲਾਮ ਜਿਹੜਾ ਕਿਹਾ ਜਾਂਦਾ ਸੀ ਉਹ ਇਲਤੁਤਮਿਸ ਨੂੰ ਕਿਹਾ ਜਾਂਦਾ, ਕਿਉਂਕਿ ਜਿਹੜਾ ਆ ਕੁਤਬਦੀਨ ਐਬਕ ਹੈਗਾ ਇਹ ਕਿਹਦਾ ਗੁਲਾਮ ਸੀ? ਇਹ ਗੋਰੀ ਦਾ ਗੁਲਾਮ ਸੀ। ਕਿਹਦਾ ਗੁਲਾਮ ਸੀ? ਮੁਹੰਮਦ ਗੋਰੀ ਦਾ ਗੁਲਾਮ ਸੀ। ਅੱਗੋ ਕੁਤਬਦੀਨ ਐਬਕ ਦਾ ਗੁਲਾਮ ਕੌਣ ਸੀ? ਇਲਤੁਤਮਿਸ ਸੀ। ਅਤੇ ਇਲਤੁਤਮਿਸ ਨੂੰ ਇਹਨੇ ਆਪਦੀ ਕੁੜੀ ਵੀ ਵਿਆਹੀ ਹੋਈ ਸੀ। ਕਿਹਨੇ ਕੁੜੀ ਵਿਆਹੀ ਸੀ? ਕੁਤਬਦੀਨ ਐਬਕ ਨੇ। ਤਾਂ ਆਪਣੀ ਕੁੜੀ ਵੀ ਨਾਲ ਵਿਆਹੀ ਹੋਈ ਸੀ, ਅਤੇ ਉਹਦਾ ਜਵਾਈ ਵੀ ਸੀ। ਇਸੇ ਕਰਕੇ ਅਸੀਂ ਇਲਤੁਤਮਿਸ ਨੂੰ ਗੁਲਾਮਾਂ ਦਾ ਗੁਲਾਮ ਜਿਹੜਾ ਉਹ ਅਸੀਂ ਕਹਿੰਦੇ ਹਾਂ। ਤਾਂ ਇਸ ਕਰਕੇ ਵੇਖੋ, ਇਲਤੁਤਮਿਸ ਨੂੰ ਗੁਲਾਮਾਂ ਦਾ ਗੁਲਾਮ ਕਹਿੰਦਾ, ਕਿਉਂਕਿ ਇਹ ਮੁਹੰਮਦ ਗੋਰੀ ਦੇ ਗੁਲਾਮ ਤੋਂ ਇਹਨੇ ਅੱਗੇ ਖਰੀਦਿਆ ਹੋਇਆ ਸੀ। ਐਬਕ ਨੇ ਸ਼ੁਰੂ ਤੋਂ ਸਰ ਇਹ ਜਹਾਂਦਾਰ, ਠੀਕ ਹੈ, ਜਿਹੜਾ ਅੰਗਰਾਕਾ ਦਾ ਮੁਖੀ ਦਾ ਅਹਿਮ ਅਹੁਦਾ ਦਿੱਤਾ ਸੀ ਇਹਨੂੰ। ਐਬਕ ਨੇ ਆਪਣੀ ਧੀ ਦਾ ਵਿਆਹ ਵੀ ਇਲਤੁਤਮਿਸ ਦੇ ਨਾਲ ਕੀਤਾ ਸੀ। ਇਹ ਗੱਲ ਜਿਹੜੀ ਆ ਤੁਸੀਂ ਅੰਡਰਸਟੈਂਡ ਕਰਨੀ ਆ। ਹੇਠ ਲਿਖੇ ਵਿੱਚੋਂ ਮੱਧ ਕਾਲ ਵਿੱਚ ਭਾਰਤ ਵਿੱਚ ਪਹਿਲੀ ਮਹਿਲਾ ਸ਼ਾਸਕ ਕੌਣ ਬਣੀ? ਹੁਣ ਭਾਰਤ ਵਿੱਚ ਪਹਿਲੀ ਮਹਿਲਾ ਸ਼ਾਸਕ ਕਿਹੜੀ ਬਣੀ ਸੀ? ਤਾਂ ਇਹ ਵੇਖੋ, ਮੱਧ ਕਾਲ ਦੇ ਵਿੱਚ, ਕਦੋਂ? ਮੱਧ ਕਾਲ ਦੇ ਵਿੱਚ। ਨਾਲ ਨਾਲ ਵੇਖੋ, ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਹੋਰ ਵੀ ਰੱਖਦਾ, ਪਹਿਲੀ ਸਿੱਖ ਮਹਿਲਾ ਸ਼ਾਸਕ ਕਿਹੜੀ ਸੀ? ਪਹਿਲੀ ਮੁਸਲਮਾਨ ਮਹਿਲਾ ਸ਼ਾਸਕ ਤਾਂ ਇਹ ਸੀ, ਪਹਿਲੀ ਸਿੱਖ ਮਹਿਲਾ ਸ਼ਾਸਕ ਕਿਹੜੀ ਸੀ? ਇਹਦਾ ਆਨਸਰ ਤੁਸੀਂ ਜ਼ਰੂਰ ਦੇਣਾ। ਤਾਂ ਇਸੇ ਕਰਕੇ ਜਿਹੜੀ ਭਾਰਤ ਵਿੱਚ ਪਹਿਲੀ ਮੱਧ ਕਾਲ ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਕੌਣ ਸੀ? ਤਾਂ ਮੇਰੇ ਪਿਆਰੇ ਵਿੱਚੋਂ ਜਿਹੜੀ ਪਹਿਲੀ ਮਹਿਲਾ ਸ਼ਾਸਕ ਸੀ ਉਹ ਰਜੀਆ ਸੁਲਤਾਨ ਸੀ। ਰਜੀਆ ਸੁਲਤਾਨ ਦਾ ਵੀ ਸੰਬੰਧ ਗੁਲਾਮ ਵੰਸ਼ ਦੇ ਨਾਲ ਸੀ। ਕਿਹਦੇ ਨਾਲ ਸੀ? ਗੁਲਾਮ ਵੰਸ਼ ਦੇ ਨਾਲ ਸੰਬੰਧ ਸੀ। ਜਿਵੇਂ ਕਿ ਅਸੀਂ ਗੱਲ ਕਰੀਏ ਚਾਲੀਸਾ, ਜਿਹੜੀ ਚਾਲੀਸਾ ਬਣੀ ਸੀ ਇਹ ਗੁਲਾਮ ਵੰਸ਼ ਦੇ ਵਿੱਚ, ਜਿਹਦਾ ਨਿਰਮਾਣ ਇਲਤੁਤਮਿਸ ਨੇ ਕੀਤਾ ਸੀ, ਜਿਹਨੂੰ ਖਤਮ ਬਲਬਰ ਨੇ ਕੀਤਾ ਸੀ। ਠੀਕ ਹੈ, ਉਹਨੇ ਵੀ ਇਹਨੂੰ ਵਿਰੋਧ ਕਰਕੇ ਇਹਨੂੰ ਮਰਵਾ ਦਿੱਤਾ ਸੀ। ਰਜੀਆ ਸੁਲਤਾਨ ਜਿਹੜੀ ਸੀ ਇਹ ਬਣੀ ਸੀ। ਜਿਵੇਂ ਅਸੀਂ ਵੇਖੋ ਇਹਦੀ ਅਸੀਂ ਗੱਲ ਕਰਦੇ ਹਾਂ, ਬਾਅਦ ਕਾਲ ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਰਜੀਆ ਸੁਲਤਾਨ ਸੀ, ਜਿਹੜੀ ਕਿ 1236 ਤੋਂ 40 ਤੱਕ ਰਹੀ। ਨਿੱਜੀ ਦ੍ਰਿਸ਼ਟੀਕੋਣ ਤੋਂ ਉਸਨੇ ਭਾਰਤ 'ਚ ਪਹਿਲੀ ਵਾਰ ਔਰਤਾਂ ਦੇ ਸੰਬੰਧ ਵਿੱਚ ਇਸਲਾਮ ਦੀਆਂ ਪਰੰਪਰਾਵਾਂ ਦੀ ਉਲੰਘਣਾ ਕੀਤੀ, ਅਤੇ ਆਪਣੇ ਦ੍ਰਿਸ਼ਟੀਕੋਣ ਤੋਂ ਉਸਨੇ ਰਾਜ ਨੂੰ
ਸ਼ਕਤੀ ਨੂੰ ਠੀਕ ਹੈ ਵੰਡਣ ਦੀ ਬਜਾਏ ਸੁਲਤਾਨ ਦੇ ਹੱਥਾਂ ਵਿੱਚ ਕੇਂਦਰੀਕਰਨ ਕਰ ਦਿੱਤਾ। ਤਾਂ ਉਸ ਸਮੇਂ ਜਿਹੜੇ ਸਰਦਾਰ ਜਾਂ ਸੂਬੇਦਾਰ ਅਤੇ ਇਸ ਤਰ੍ਹਾਂ ਉਸਨੇ ਇਲਤੁਤਮਿਸ ਦੇ ਰਾਜ ਦੀ ਸਥਾਪਨਾ ਕੀਤੀ, ਪੂਰਨ ਪ੍ਰਭੂ ਸੱਤਾ ਸੰਪੰਨ ਰਾਜਸ਼ਾਹੀ ਦੇ ਸਿਧਾਂਤ ਦਾ ਸਮਰਥਨ ਕੀਤਾ। ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਇਹਨੇ ਆਪਣੀ ਮੈਡਮ ਜਿਹੜੀ ਰਜੀਆ ਸੁਲਤਾਨ ਨੇ ਕੀਤਾ ਸੀ। ਉਸ ਤੋਂ ਬਾਅਦ ਆ ਗਿਆ ਇਲਤੁਤਮਿਸ ਨੇ ਬਿਹਾਰ ਵਿੱਚ ਆਪਣਾ ਪਹਿਲਾ ਸੂਬੇਦਾਰ ਕਿਹਨੂੰ ਨਿਯੁਕਤ ਕੀਤਾ? ਤਾਂ ਇਲਤੁਤਮਿਸ ਨੇ ਠੀਕ ਹੈ ਅੱਗੇ ਸਵਾਲ ਵੇਖੋ ਥੋੜ੍ਹਾ ਜਿਹਾ, ਰਜੀਆ ਸੁਲਤਾਨ ਵਾਲਾ ਤਾਂ ਬੜਾ ਸੌਖਾ ਸਵਾਲ ਸੀ, ਵੇਖੋ ਦੇ ਨਾਲ ਨਾਲ ਇੱਕ ਔਖਾ ਸਵਾਲ ਵੀ ਆ ਗਿਆ। ਤਾਂ ਇਲਤੁਤਮਿਸ ਨੇ ਬਿਹਾਰ ਵਿੱਚ ਆਪਣਾ ਪਹਿਲਾ ਸੂਬੇਦਾਰ, ਬਿਹਾਰ ਦੇ ਵਿੱਚ ਆਪਣਾ ਜਿਹੜਾ ਪਹਿਲਾ ਸੂਬੇਦਾਰ ਆ ਠੀਕ ਹੈ ਉਹ ਕਿਹਨੂੰ ਨਿਯੁਕਤ ਕੀਤਾ ਸੀ? ਤਾਂ ਇਲਤੁਤਮਿਸ ਨੇ ਬਿਹਾਰ ਦੇ ਵਿੱਚ ਜਿਹੜਾ ਆਪਣਾ ਸੂਬੇਦਾਰ ਨਿਯੁਕਤ ਕੀਤਾ ਸੀ ਉਹ ਮਲਕ ਜਾਨੀ ਨੂੰ ਕੀਤਾ ਸੀ। ਕਿਹਨੂੰ ਕੀਤਾ ਸੀ? ਮਲਕ ਜਾਨੀ ਨੂੰ। ਡੀ ਆਂਸਰ ਜਿਹੜਾ ਉਹ ਇਹਦਾ ਸਹੀ ਆਊਗਾ। ਤਾਂ ਇਹ ਵੇਖੋ ਪੇਪਰ ਦੇ ਵਿੱਚ ਆਇਆ ਹੋਇਆ ਸਵਾਲ ਆ, ਇਲਤੁਤਮਿਸ ਨੇ ਕੀ ਕੀਤਾ ਸੀ? ਬਿਹਾਰ ਦੇ ਸਰੀਫ ਅਤੇ ਬਹਾਰ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਰਾਜਮਹਿਲ ਦੀਆਂ ਪਹਾੜੀਆਂ ਵਿੱਚ ਤੇਲਗੜੀ ਨੇੜੇ ਅਸਾਮੂਦੀਨ ਆਵਾਜ਼ ਨੂੰ ਹਰਾਇਆ ਸੀ ਅਤੇ ਉਸ ਤੋਂ ਬਾਅਦ ਉਹਨੇ ਉੱਥੇ ਜਿਹੜਾ ਨਵਾਂ ਮਲਕ ਜਾਨੀ ਜਿਹੜਾ ਹੈਗਾ ਉਹਨੂੰ ਆਪਦਾ ਸੂਬੇਦਾਰ ਜਿਹੜਾ ਸੀ ਨਿਯੁਕਤ ਕੀਤਾ ਸੀ। ਅੱਗੇ ਆ ਜਾਂਦਾ ਰਜੀਆ ਬੇਗਮ ਨੂੰ ਬੇਦਖਲ ਕਰਨ ਵਿੱਚ ਕਿਸ ਦਾ ਹੱਥ ਸੀ? ਤਾਂ ਰਜੀਆ ਜਿਹੜੀ ਅਸਲ ਦੇ ਵਿੱਚ ਰਜੀਆ ਸੁਲਤਾਨ ਸੀ ਠੀਕ ਹੈ ਇਹਨੂੰ ਮਰਵਾ ਦਿੱਤਾ ਗਿਆ ਸੀ। ਕੀ ਕਰ ਦਿੱਤਾ ਗਿਆ ਸੀ? ਮਰਵਾ ਦਿੱਤਾ ਗਿਆ ਸੀ ਜਦੋਂ ਇਹ ਬਠਿੰਡੇ ਦੇ ਵਿੱਚੋਂ ਹਾਰ ਕੇ ਵਾਪਸ ਆ ਰਹੀ ਸੀ। ਬਠਿੰਡੇ ਹਲਾ ਕੇ ਰਸਤੇ 'ਚ ਇਹਨੂੰ ਮਰਵਾ ਦਿੱਤਾ ਜਾਂਦਾ ਅਤੇ ਇਹਨੂੰ ਰਾਜ ਪ੍ਰਬੰਧ ਤੋਂ ਪਾਸੇ, ਕਿਉਂਕਿ ਇੱਕ ਚੀਜ਼ ਹੈਗੀ ਸੀ, ਇੱਕ ਫਰੀਕੀ ਜਗੂਤ ਨਾਂ ਦਾ ਬੰਦਾ ਸੀ ਜਿਹੜਾ ਕਿ ਰਜੀਆ ਸੁਲਤਾਨ ਦੇ ਸਮੇਂ ਦੇ ਵਿੱਚ ਰਜੀਆ ਸੁਲਤਾਨ ਦੇ ਦਰਬਾਰ 'ਚ ਰਹਿੰਦਾ ਸੀ ਅਤੇ ਰਜੀਆ ਸੁਲਤਾਨ ਨੂੰ ਉਹਦੇ ਨਾਲ ਪ੍ਰੇਮ ਹੋ ਗਿਆ। ਤਾਂ ਉਹਦੇ ਵਿੱਚੋਂ ਜਿਹੜੀ ਚਾਲਸਾ ਬਣੀ ਸੀ, ਚਾਲਸਾ ਮੀਨ ਕਿ 40 ਸਰਦਾਰਾਂ ਦਾ ਇੱਕ ਸੰਗਠਨ ਸੀ ਜਿਹੜਾ ਇਲਤੁਤਮਿਸ ਨੇ ਬਣਾਇਆ ਸੀ, ਉਹਨੂੰ ਇਹ ਗੱਲ ਹਜ਼ਮ ਨਾ ਹੋਈ ਕਿ ਰਜੀਆ ਸੁਲਤਾਨ ਤਾਂ ਉਹਦੇ ਨਾਲ ਪ੍ਰੇਮ ਰਚਾ ਰਹੀ ਆ ਜਗੂਤ ਦੇ ਨਾਲ। ਤਾਂ ਉਹਨੂੰ ਇਹਨੇ ਵੱਡੇ ਖਿਤਾਬ ਦੇ ਉੱਤੇ ਵੀ ਲੈ ਕੇ ਆਈ ਸੀ ਠੀਕ ਹੈ। ਤਾਂ ਇਸੇ ਕਰਕੇ ਇਹਨੂੰ ਹਟਾਉਣ ਦੇ ਵਾਸਤੇ ਜਿਹੜੇ ਕੁਝ ਅਰਬ ਤੁਰਕ ਸਰਦਾਰ ਸੀ, ਕਿਹੜੇ ਸਰਦਾਰ ਸੀ? ਤੁਰਕ ਸਰਦਾਰਾਂ ਦੁਆਰਾ ਜਿਹੜਾ ਸੀ ਇਹਨੂੰ ਗੱਦੀ ਤੋਂ ਪਿੱਛੇ ਕੀਤਾ ਗਿਆ, ਲਾਇਆ ਗਿਆ, ਉਤਾਰਿਆ ਗਿਆ। ਤਾਂ ਸੀ ਆਂਸਰ ਜਿਹੜਾ ਇਹਦਾ ਆਂਸਰ ਸਹੀ ਹੋਊਗਾ। ਰਜੀਆ ਬੇਗਮ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਤੁਰਕੀ ਦਾ ਹੱਥ ਸੀ। ਉਸਨੇ ਬਠਿੰਡਾ ਦੇ ਗਵਰਨਰ ਅਲਤੂਨੀਆ ਦੀ ਗਵਾਹੀ ਵਿੱਚ ਰਜੀਆ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਉਸਨੂੰ ਸੱਤਾ ਦੇ ਵਿੱਚੋਂ ਜਿਹੜਾ ਸੀ ਉਹ ਹਟਾ ਦਿੱਤਾ ਗਿਆ ਸੀ। ਇਹ ਗੱਲ ਜਿਹੜੀ ਆ ਇਹ ਅੰਡਰਸਟੈਂਡ ਕਰਨੀ ਆ, ਇਸ ਗੱਲ ਨੂੰ ਤੁਸੀਂ ਸਮਝਣਾ। ਉਸ ਤੋਂ ਬਾਅਦ ਆ ਜਾਓ ਤੁਸੀਂ ਅਗਲੇ ਸਵਾਲ 'ਤੇ। ਦਿੱਲੀ ਦੇ ਸੁਲਤਾਨ ਬਲਵੰਤ ਦਾ ਪੂਰਾ ਨਾਮ ਕੀ ਸੀ? ਦਿੱਲੀ ਦੇ ਸੁਲਤਾਨ ਦਾ ਬਲਵੰਤ ਦਾ ਪੂਰਾ ਨਾਮ ਕੀ ਸੀ? ਦਿੱਲੀ ਦਾ ਸੁਲਤਾਨ ਬਲਵੰਤ। ਹੁਣ ਵੇਖੋ ਤੁਸੀਂ ਦੋ ਤਿੰਨ ਚੀਜ਼ਾਂ ਬਲਵੰਤ ਬਾਰੇ, ਮੈਂ ਚਾਰ ਪੰਜ ਚੀਜ਼ਾਂ ਜਿਹੜੀ ਇੱਥੇ ਤੁਹਾਨੂੰ ਸਮਝਾਉਣ ਜਾ ਰਿਹਾ। ਹੁਣ ਜਿਹੜਾ ਬਲਵੰਤ ਸੀ ਇਹ ਵੀ ਕੀ ਆ, ਗੁਲਾਮ ਵੰਸ਼ ਦੇ ਨਾਲ ਹੀ ਸੰਬੰਧ ਰੱਖਦਾ ਸੀ। ਕੌਣ? ਬਲਵੰਤ। ਹੁਣ ਬਲਵੰਤ ਬਾਰੇ ਚਲੋ ਮੈਂ ਸਾਰੀਆਂ ਚੀਜ਼ਾਂ ਪੜ੍ਹਾਵਾਂਗਾ ਅੱਗੇ ਜਾ ਕੇ ਬਲਵੰਤ ਦਾ ਵੀ, ਕਿਉਂਕਿ ਬੜਾ ਮਸ਼ਹੂਰ ਅਤੇ ਤਾਨੇ ਸ਼ਾਹ ਰਾਜ ਸੀ ਠੀਕ ਹੈ। ਉਹ ਸਾਰੀਆਂ ਚੀਜ਼ਾਂ ਨੂੰ ਮੈਂ ਅੰਡਰਸਟੈਂਡ ਕਰਨ ਤੋਂ ਪਹਿਲਾਂ ਦੋ ਚਾਰ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਇੱਥੇ ਸਮਝਾ ਦੇਣਾ ਠੀਕ ਹੈ। ਉਹ ਕੀ ਸਮਝਾ ਦੇਣਾ? ਕਹਿੰਦਾ ਜਿਹੜਾ ਪੂਰਾ ਨਾਮ ਸੀ ਉਹ ਗਿਆਸੂਦੀਨ ਬਲਵੰਤ ਸੀ। ਗਿਆਸੂਦੀਨ ਬਲਵੰਤ ਜਿਹੜਾ ਸੀ ਇਹਦਾ ਪੂਰਾ ਨਾਮ ਸੀ। ਹੁਣ ਵੇਖੋ ਇਹਦੀ ਐਕਸਪਲੇਨੇਸ਼ਨ ਦੇ ਵਿੱਚ, ਸੁਲਤਾਨ ਬਲਵੰਤ ਦਾ ਪੂਰਾ ਨਾਮ ਗਿਆਸੂਦੀਨ ਬਲਵੰਤ ਸੀ। ਬਲਵੰਤ ਨੇ 1266 ਤੋਂ 86 ਈਸਵੀ ਤੱਕ ਸੁਲਤਾਨ ਵਜੋਂ ਸਲਤਨਤ ਦਿੱਲੀ ਸਲਤਨਤ ਦੀ ਵਾਂਗਡੋਰ ਸੰਭਾਲੀ ਸੀ। ਉਸ ਨੂੰ ਉਲਗੂ ਖਾਨ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀ। ਉਸਦਾ ਅਸਲੀ ਨਾਮ ਬਹਾਉਦੀਨ ਵੀ ਸੀ, ਬਹਾਉਦੀਨ ਬਲਵੰਤ ਵੀ ਸੀ। ਇਲਤੁਸ ਵਾਂਗ ਉਹ ਵੀ ਇੱਕ ਇਲਬਰੀ, ਕਿਉਂਕਿ ਇਲਬਰੀ ਤੁਰਕੀ ਸੀ, ਕਿਉਂਕਿ ਤੁਰਕੀ ਗੁਲਾਮ ਵੰਸ਼ ਦੇ ਵਿੱਚ ਵੀ ਅੱਗੋਂ ਤਿੰਨ ਵੰਸ਼ ਸੀ ਠੀਕ ਹੈ। ਗੁਲਾਮ ਵੰਸ਼ ਦੇ ਵਿੱਚ ਵੀ ਅੱਗੋਂ ਤਿੰਨ ਵੰਸ਼ ਸੀ ਜਿਹੜੇ ਖਾਸ ਕਰਕੇ, ਚਲੋ ਮੈਂ ਪੇੜ ਬੱਚੇ ਨੂੰ ਜਿਹੜਾ ਪੜ੍ਹਾਇਆ ਸੀ ਥਿਊਰੀ ਉਹਦੇ ਵਿੱਚ ਚੰਗੀ ਤਰ੍ਹਾਂ ਚੀਜ਼ਾਂ ਜਿਹੜੀਆਂ ਡਿਟੇਲ ਦੇ ਵਿੱਚ ਸਮਝਾਈਆਂ ਸੀ।
ਤਾਂ ਉਸ ਤੋਂ ਬਾਅਦ ਆ ਗਿਆ ਦਿੱਲੀ ਦੇ ਕਿਸ ਸੁਲਤਾਨ ਬਾਰੇ ਕਿਹਾ ਜਾਂਦਾ ਕਿ ਉਸਨੂੰ ਲਹੂ ਅਤੇ ਲੋਹਾ ਦੀ ਨੀਤੀ ਅਪਣਾਈ। ਹੁਣ ਵੇਖੋ ਤੁਸੀਂ, ਠੀਕ ਹੈ, ਇਹ ਇੱਕ ਬੜਾ ਪਿਆਰਾ ਜਿਹਾ ਸਵਾਲ ਤੁਹਾਡੇ ਸਾਹਮਣੇ ਆ ਗਿਆ, ਲੋਹ ਦੀ ਨੀਤੀ ਅਪਣਾਉਣਾ। ਠੀਕ ਹੈ, ਹੁਣ ਲੋਹ ਦੀ ਨੀਤੀ ਕੀ ਹੋਈ, ਮੈਂ ਦੋ ਚਾਰ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਤੁਹਾਨੂੰ ਸਮਝਾ ਕੇ ਜਾਊ। ਜਿਹੜਾ ਬਲਬਨ ਸੀ ਨਾ, ਠੀਕ ਹੈ, ਇਹਨੇ ਡਿਵੈਨ ਥਿਊਰੀ, ਡਿਵੈਨ ਥਿਊਰੀ ਦਾ ਮੀਨਿੰਗ ਤੁਸੀਂ ਸਮਝਦੇ ਹੋ, ਠੀਕ ਹੈ, ਡਿਵੈਨ ਥਿਊਰੀ ਦਾ ਅਸੀਂ ਜੇ ਗੱਲ ਕਰੀਏ, ਡਿਵੈਨ ਥਿਊਰੀ ਜਿਹੜੀ ਹੈਗੀ ਸੀ ਉਹਦੀ ਨੀਤੀ ਬਣਾਈ ਸੀ ਬਲਬਨ। ਠੀਕ ਹੈ, ਜਿਵੇਂ ਅੰਡਰਸਟੈਂਡ ਕਰਦਾ ਮੈਂ ਇਹਦੀ ਐਕਸਪਲੇਨੇਸ਼ਨ ਤੁਹਾਨੂੰ ਸਮਝਾਉਣਾ। ਬਲਬਨ ਬਾਰੇ ਕਹਿ ਦਿੰਦਾ ਕਿ ਉਸਨੇ ਲਹੂ ਅਤੇ ਲੋਹਾ ਦੀ ਨੀਤੀ ਅਪਣਾਈ ਸੀ। ਬਲਬਨ ਦੇ ਬਾਦਸ਼ਾਹ ਦੇ ਸਿਧਾਂਤ ਦੇ ਦੋ ਪ੍ਰਮੁੱਖ ਵਿਸ਼ੇਸ਼ਤਾ, ਪਹਿਲਾ ਸੁਲਤਾਨ ਦਾ ਉਹਦਾ ਰੱਬ ਦੁਆਰਾ ਦਿੱਤਾ ਜਾਂਦਾ, ਦੂਜਾ ਸੁਲਤਾਨ ਲਈ ਨਿਰਖੁਸ਼ ਹੋਣਾ ਜ਼ਰੂਰੀ ਹੈ। ਉਸ ਨਾਲ ਸੁਲਤਾਨ ਮੰਨ ਕੇ ਚੱਲੋ, ਡਿਵਾਈਨ ਥਿਊਰੀ ਜਿਹੜੀ ਹੈਗੀ ਹੈ, ਦੈਵੀ ਸਿਧਾਂਤ, ਕਿਹੜਾ ਸਿਧਾਂਤ, ਵੇਖੋ ਤੁਸੀਂ ਮੈਂ ਦੋ ਚੀਜ਼ਾਂ ਕਹਿੰਦਾ, ਇਹ ਦੇਖੋ ਇਹਨੇ ਬਲਬਨ ਨੇ ਕਿਹੜਾ ਸਿਧਾਂਤ ਬਣਾਇਆ ਸੀ, ਦੈਵੀ ਸਿਧਾਂਤ। ਦੈਵੀ ਸਿਧਾਂਤ ਦਾ ਮੀਨਿੰਗ ਕੀ ਹੁੰਦਾ, ਜਿਹੜੀ ਡਿਵਾਈਨ ਥਿਊਰੀ ਜਿਹੜੀ ਚੱਲਦੀ ਆਉਂਦੀ ਹੈ, ਦੈਵੀ ਸਿਧਾਂਤ ਦਾ ਮੀਨਿੰਗ ਆ ਜਿਹੜਾ ਰਾਜਾ ਹੈ ਨਾ ਉਹ ਰੱਬ ਦੁਆਰਾ ਸਥਾਪਿਤ ਕੀਤਾ ਗਿਆ, ਅਤੇ ਰਾਜੇ ਦੇ ਉਲਟ ਖੁਲਟ ਬੋਲਣਾ ਮਾੜੀ ਗੱਲ ਹੈ। ਰਾਜਾ ਜਿਹੜਾ ਹੈਗਾ ਹੈ ਇਹ ਰੱਬ ਦੁਆਰਾ ਸਥਾਪਿਤ ਕੀਤਾ ਗਿਆ, ਇਹਦੇ ਉਲਟ ਖੁਲਟ ਬੋਲਣਾ ਮਾੜੀ ਗੱਲ ਆ, ਤਾਂ ਇਸੇ ਕਰਕੇ ਰਾਜਾ ਨਿਰਖੁਸ਼ ਰਹੂਗਾ। ਰੱਬ ਦੁਆਰਾ ਸਥਾਪਿਤ ਕੀਤਾ ਗਿਆ, ਦੈਵੀ ਸਿਧਾਂਤ ਨੂੰ ਇਹਨੇ ਅਪਣਾਇਆ, ਤਾਂ ਇਸੇ ਕਰਕੇ ਲੋਹ ਅਤੇ ਲੋਹਾ ਦੀ ਨੀਤੀ ਵੀ ਅਪਣਾਈ ਕਿ ਪੂਰਾ ਜਿਹੜਾ ਪੂਰੀ ਡਿਕਟੇਟਰਸ਼ਿਪ ਜਿਹੜੀ ਆ ਉਹ ਰਾਜੇ ਦੀ ਰਹੂਗੀ, ਜਿਵੇਂ ਅਸੀਂ ਇੱਥੇ ਚੀਜ਼ਾਂ ਨੂੰ ਸਮਝਦੇ ਹਾਂ। ਦੂਜੀ ਗੱਲ ਇਹਨੇ ਇਹ ਕੀ ਹੈਗਾ, ਸੁਲਤਾਨ, ਸੁਲਤਾਨ ਜਿਹੜਾ ਹੈਗਾ ਧਰਤੀ ਉੱਤੇ ਰੱਬ ਦਾ ਪ੍ਰਤੀਨਿਧ ਹੈ। ਨਿਆਮਤ ਇਹ ਖੁਦਾਈ, ਨਿਆਮਤ ਇਹ ਖੁਦਾਈ ਹੈ ਅਤੇ ਉਸਦਾ ਸਥਾਨ ਪੈਗੰਬਰ ਤੋਂ ਬਾਅਦ ਦੂਜਾ ਉਹਦਾ ਸਥਾਨ ਆ। ਸੁਲਤਾਨ ਨੂੰ ਰੱਬ ਤੋਂ ਕੰਮ ਕਰਨ ਦੀ ਪ੍ਰੇਰਣਾ ਅਤੇ ਤਾਕਤ ਮਿਲਦੀ ਆ, ਆਮ ਲੋਕ ਉਹਦੀ ਇਸ ਪ੍ਰੇਰਣਾ ਦੇ ਨਾਲ ਵਿਰੋਧ ਨਹੀਂ ਕਰ ਸਕਦੇ, ਆਮ ਲੋਕ ਉਹਦੇ 'ਤੇ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਜਿੰਨਾ ਵੀ ਰਾਜ ਨੂੰ ਹੁਕਮ ਆ ਰਿਹਾ ਉਹ ਰੱਬ ਵੱਲੋਂ ਹੁਕਮ ਆ ਰਿਹਾ, ਅਤੇ ਇਸੇ ਕਰਕੇ ਨਿਆਮਤ ਇਹ ਖੁਦਾਈ ਨਾਂ ਦਾ ਇੱਕ ਨੇ ਅਹੁਦਾ ਜਿਹੜਾ ਉਹ ਧਾਰਨ ਕੀਤਾ ਸੀ। ਇਲਤੁਤਮਿਸ ਨੇ ਬਿਹਾਰ ਵਿੱਚ ਆਪਣਾ ਪਹਿਲਾ ਸੂਬੇ ਦਾ ਨਿਯੁਕਤ ਕੀਤਾ। ਚਲੋ ਮਲਕ ਜਾਨੀ ਸੀ, ਇਹ ਗੱਲ ਮੈਂ ਪਿੱਛੇ ਪੜ੍ਹਾ ਚੁੱਕਿਆ ਸੀ, ਇਹ ਦੋ ਤਿੰਨ ਰਿਪੀਟਡ ਕੁਸਚਨ ਆ, ਚਲੋ ਇਹਨੂੰ ਅਸੀਂ ਲਾਂਭੇ ਕਰਦੇ ਹਾਂ, ਅੱਗੇ ਅਸੀਂ ਮੇਨ ਸਵਾਲ ਦੇ ਉੱਤੇ ਆਉਣੇ ਹਾਂ। ਠੀਕ ਹੈ, ਹੁਣ ਅੱਗੇ ਵੇਖੋ ਅਸੀਂ ਅਗਲੇ ਸਵਾਲ 'ਤੇ ਅਸੀਂ ਜਦੋਂ ਆਉਣੇ ਹਾਂ, ਤਾਂ ਅਗਲਾ ਸਵਾਲ ਤੁਹਾਡੇ ਵਾਸਤੇ ਆਹ ਬੜਾ ਪਿਆਰਾ ਜਿਹਾ ਸਵਾਲ ਤੁਹਾਡੇ ਵਾਸਤੇ ਰਹਿ ਗਿਆ। ਪਹਿਲਾ ਸਵਾਲ ਆ, ਬਲਬਨ ਨੇ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਇਆ ਅਤੇ ਸਾਰੀ ਸ਼ਕਤੀ ਆਪਣੇ ਹੱਥ ਵਿੱਚ ਕੇਂਦਰਿਤ ਕਰ ਲਈ। ਹੁਣ ਵੇਖੋ ਤੁਸੀਂ ਆਪੇ ਵੇਖੋ, ਇਸ ਤਰੀਕੇ ਦਾ ਸਵਾਲ ਬੜਾ ਕੰਪਲੀਕੇਟ ਸਵਾਲ ਹੁੰਦਾ, ਇਹਨੂੰ ਅੰਡਰਸਟੈਂਡ ਕਰਨਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਜਦੋਂ ਅਸੀਂ ਗੱਲ ਕਹਿੰਦੇ ਕਿ ਜਿਹੜਾ ਦੈਵੀ ਸਿਧਾਂਤ ਦੀ ਗੱਲ ਕਰਦਾ, ਕਿਹੜੇ ਸਿਧਾਂਤ ਦੀ, ਦੈਵੀ ਸਿਧਾਂਤ ਦੀ, ਪਰ ਦੈਵੀ ਸਿਧਾਂਤ ਤਾਂ ਸਿੱਧਾ ਕਹਿੰਦਾ ਕਿ ਰਾਜੇ ਦੇ ਖਿਲਾਫ਼ ਬੋਲਣਾ ਹੀ ਨਹੀਂ, ਜਦੋਂ ਰਾਜੇ ਦੇ ਖਿਲਾਫ਼ ਕੋਈ ਬੋਲੇਗਾ ਨਹੀਂ ਤਾਂ ਐਟੋਮੈਟਿਕਲੀ ਸਾਰੀ ਸ਼ਕਤੀ ਉਹਨੇ ਕੇਂਦਰਿਤ ਕਰ ਲਈ। ਹੁਣ ਦੂਜੀ ਗੱਲ, ਉਹ ਮੰਗੋਲ ਜਦੋਂ ਉਸ ਸਮੇਂ ਚੰਗੇਰ ਖਾਂ ਦੇ ਹਮਲੇ ਹੋਏ, ਬਲਬਨ ਨੇ ਉਹਦਾ ਵਿਰੋਧ ਵੀ ਕੀਤਾ, ਤਾਂ ਮੰਗੋਲਾਂ ਦੇ ਹਮਲੇ ਜਿਹੜੇ ਉੱਤਰ ਪੱਛਮੀ ਸਰਹੱਦ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਸੀ, ਹਾਂ ਬਿਲਕੁਲ, ਮੰਗੋਲ ਜਿਹੜੇ ਚੰਗੇਰ ਖਾਂ ਭਾਰਤ ਵਿੱਚ ਆ ਰਿਹਾ ਸੀ ਇਸ ਸਮੇਂ ਦੇ ਵਿੱਚ, ਤਾਂ ਚੰਗੇਰ ਖਾਂ ਨੂੰ ਇਹ ਰੋਕਣਾ ਚਾਹੁੰਦਾ ਸੀ, ਇਹ ਵੀ ਸੱਚ ਆ। ਤਾਂ ਜਦੋਂ ਇਹ ਦੋਵੇਂ ਚੀਜ਼ਾਂ ਸਹੀ ਨੇ ਪਰ ਆਹ ਉੱਪਰਲੇ ਦੀ ਵਿਆਖਿਆ ਸਹੀ ਨਹੀਂ ਹੈਗੀ, ਤਾਂ ਇਸੇ ਕਰਕੇ ਜਿਹੜਾ ਆਂਸਰ ਆਊਗਾ ਉਹ ਬੀ ਆਂਸਰ ਜਿਹੜਾ ਹੈ ਉਹ ਇਹਦਾ ਸਹੀ ਆਊਗਾ। ਇਹ ਗੱਲ ਜਿਹੜੀ ਆ ਉਹ ਤੁਸੀਂ ਸਮਝਣੀ ਆ। ਠੀਕ ਹੈ, ਨਾਲ ਦੀ ਨਾਲ ਇਹਨੇ ਸਿਜਦਾ ਅਤੇ ਪਾਬੋਸ ਦੀ ਨਾਂ ਦੀਆਂ ਦੋ ਪਾਧੀਆਂ ਵੀ ਜਿਹੜੀਆਂ ਨੇ ਕੀਤਾ, ਜਿਹੜਾ ਕੀ ਕਹਿਣ ਦਾ ਮਤਲਬ, ਜਦੋਂ ਤੁਸੀਂ ਰਾਜੇ ਕੋਲ ਆਉਣਾ ਹੈ ਥੱਲੇ ਲੇਟ ਕੇ ਸਿਜਦਾ ਕਰਨਾ, ਲੇਟ ਕੇ ਜਿਹੜੀ ਸਲਾਮ ਆ ਕਰਨੀਆਂ, ਉਹ ਪਰੰਪਰਾ ਵੀ ਜਿਹੜੀ ਇਹਨੇ ਸਟਾਰਟ ਕੀਤੀ ਸੀ। ਇਹ ਗੱਲ ਅੰਡਰਸਟੈਂਡ ਕਰਨੀ। ਭਾਰਤ ਵਿੱਚ ਪ੍ਰਸਿੱਧ ਫਾਰਸੀ ਤਿਉਹਾਰ ਕਿਹੜਾ ਤਿਉਹਾਰ, ਫਾਰਸੀ ਤਿਉਹਾਰ ਨੌ ਰੋਜ਼ ਨੂੰ ਹੇਠ ਲਿਖੇ ਵਿੱਚ ਕਿਸ ਨੇ ਸ਼ੁਰੂ ਕੀਤਾ? ਤਾਂ ਭਾਰਤ ਵਿੱਚ ਜਿਹੜਾ ਹੈਗਾ ਅਸੀਂ ਮੰਨਦੇ ਫਾਰਸੀ ਤਿਉਹਾਰ ਨੌ ਰੋਜ਼ ਨੂੰ ਭਾਰਤ ਵਿੱਚ ਕਿਹਨੇ ਸਟਾਰਟ ਕੀਤਾ ਸੀ?
ਤਾਂ ਬੜਾ ਪਿਆਰਾ ਜਿਹਾ ਸਵਾਲ ਜਿਹੜਾ 21 ਨੰਬਰ ਸਵਾਲ ਤੁਹਾਡੇ ਸਾਹਮਣੇ ਆ ਜਾਂਦਾ ਹੈ। ਇਹ ਸਟਾਰਟ ਕੀਤਾ ਸੀ ਬਲਬਨ ਨੇ, ਕਿਹਨੇ ਸਟਾਰਟ ਕੀਤਾ? ਬਲਬਨ ਨੇ। ਤਾਂ ਇਸੇ ਕਰਕੇ ਆਨੇ ਬਲਬਨ ਨੇ ਆਪਣੇ ਦਰਬਾਰ ਲਈ ਇੱਕ ਮਹਾਨ ਸੁਲਤਾਨ ਦੇ ਦਰਬਾਰ ਵਾਂਗ ਨਿਜ਼ਮ ਬਣਾਏ ਅਤੇ ਉਹਨੂੰ ਸਖਤੀ ਨਾਲ ਲਾਗੂ ਕੀਤਾ। ਇਸ ਖੇਤਰ ਵਿੱਚ ਉਸਦਾ ਰੋਲ ਮਾਡਲ ਜਿਹੜਾ ਸੀ ਇਰਾਨੀ ਬਾਦਸ਼ਾਹ ਸੀ। ਤਾਂ ਅਸੀਂ ਗੱਲ ਕਰਦੇ ਹਾਂ ਇਰਾਨ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਜਿਹੜੀਆਂ ਹੈਗੀਆਂ ਨੇ ਉਹ ਭਾਰਤ ਵਿੱਚ ਬਲਬਨ ਨੇ ਹੀ ਲਾਗੂ ਕੀਤੀਆਂ। ਤਾਂ ਇਸੇ ਕਰਕੇ ਅਸੀਂ ਸਾਰੀਆਂ ਚੀਜ਼ਾਂ ਅਸੀਂ ਮੰਨਦੇ, ਜਿਵੇਂ ਉਹਨੇ ਇੱਕ ਸਿਜਦਾ ਨਾਂ ਦੀ ਚੀਜ਼ ਜਿਹੜੀ ਸੀ ਜਿਹੜੀ ਇਰਾਨ ਵਿੱਚ ਸਟਾਰਟ ਕੀਤੀ ਜਾਂਦੀ ਸੀ ਉਹਨੂੰ ਸਟਾਰਟ ਕੀਤਾ, ਠੀਕ ਹੈ, ਸੁਲਤਾਨ ਦੇ ਪੈਰ ਚੁੰਮਣ ਵਾਲੀ ਪਰੰਪਰਾ ਸੀ ਜਿਹੜੀ ਉਹਨੂੰ ਸਟਾਰਟ ਕੀਤਾ। ਤਾਂ ਬਹੁਤ ਸਾਰੀ ਚੀਜ਼ਾਂ ਇਰਾਨ ਦੀਆਂ ਪਰੰਪਰਾਵਾਂ ਨੂੰ ਜਿਹੜਾ ਹੈਗਾ ਉਹ ਬਲਬਨ ਨੇ ਭਾਰਤ ਵਿੱਚ ਸਟਾਰਟ ਕੀਤਾ। ਇਹ ਗੱਲ ਜਿਹੜੀ ਆ ਇਹ ਤੁਸੀਂ ਅੰਡਰਸਟੈਂਡ ਕਰਨੀ ਆ। ਅਤੇ ਇਸੇ ਤਰ੍ਹਾਂ ਹੀ ਅੱਗੇ ਅਸੀਂ ਇੱਕ ਸਵਾਲ ਆ ਜਾਂਦਾ ਤੁਹਾਡੇ ਸਾਹਮਣੇ, ਉਹ ਸਵਾਲ ਆ ਜਾਂਦਾ ਬਲਬਨ। ਹੁਣ ਬਲਵਾਨ, ਚਲੋ ਬਲਬਨ ਹੈਗਾ, ਆਹ ਥੋੜ੍ਹੇ ਜਿਹੇ ਸਪੈਲਿੰਗ ਜਿਹੜੇ ਨੇ ਉਹਨੂੰ ਸੈੱਟ ਕਰ ਲੈਣਾ, ਇਹ ਬਲਬਨ ਬਲਬਨ, ਠੀਕ ਹੈ। ਬਲਬਨ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ? ਹੁਣ ਆਹ ਬੜਾ ਪਿਆਰਾ ਸਵਾਲ ਹੈ ਕਿ ਉਸਨੇ ਨਿਆਮਤ ਦੇ ਖੁਦਾਈ ਦਾ ਸਿਧਾਂਤ ਪੇਸ਼ ਕੀਤਾ ਸੀ? ਹਾਂ ਬਿਲਕੁਲ, ਨਿਆਮਤ ਇਹ ਖੁਦਾਈ ਦਾ ਸਿਧਾਂਤ ਉਹਨੇ ਪੇਸ਼ ਕੀਤਾ ਸੀ, ਜਿਹਦਾ ਮੀਨਿੰਗ ਕਿ ਰੱਬ ਧਰਤੀ, ਧਰਤੀ ਦੇ ਵਿੱਚ ਰੱਬ ਦਾ ਪ੍ਰਤੀਨਿਧਾ ਰਾਜਾ, ਧਰਤੀ ਦੇ ਵਿੱਚੋਂ ਨਿਆਮਤ ਇਹ ਖੁਦਾਈ ਦਾ ਮੀਨਿੰਗ ਆ, ਜਿਹੜਾ ਰਾਜਾ ਹੈ ਉਹਦੀ ਨਿਆਮਤ ਹੋਈ ਆ ਖੁਦਾਈ ਦੁਆਰਾ, ਰੱਬ ਦੁਆਰਾ ਇਸ ਦੁਨੀਆ ਦੇ ਵਿੱਚ, ਇਹ ਸਿਧਾਂਤ ਉਹਨੇ ਪੇਸ਼ ਕੀਤਾ ਸੀ? ਬਿਲਕੁਲ ਕੀਤਾ ਸੀ। ਉਹਨਾਂ ਪੁੱਛਿਆ ਤੁਸੀਂ ਨਹੀਂ ਨਹੀਂ ਦੱਸਣਾ, ਇਹਦੇ ਵਿੱਚੋਂ ਕਰੈਕਟ ਦੱਸਣਾ, ਗਲਤ ਦੱਸਣਾ, ਇਹ ਗੱਲ ਤੁਸੀਂ ਅੰਡਰਸਟੈਂਡ ਕਰਨੀ। ਦੂਜੀ ਚੀਜ਼, ਉਸਨੇ ਇਕਤਾਦਾਰੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਹੁਣ ਇਕਤਾਦਾਰੀ ਜਿਹੜੀ ਪ੍ਰਣਾਲੀ ਆ ਮੇਰੇ ਪਿਆਰੇ ਬੱਚਿਓ, ਉਹ ਸ਼ੁਰੂਆਤ ਕਿਹਨੇ ਕੀਤੀ ਸੀ? ਤਾਂ ਇਹ ਸ਼ੁਰੂਆਤ ਕੀਤੀ ਸੀ ਇਲਤੁਸਮਿਸ ਨੇ। ਕਿਹਨੇ ਕੀਤੀ ਸੀ? ਇਲਤੁਸਮਿਸ ਨੇ ਕੀਤੀ ਸੀ। ਤਾਂ ਇਸੇ ਕਰਕੇ ਵੇਖੋ, ਹੁਣ ਇਹ ਬੀ ਨੰਬਰ ਆਂਸਰ ਆਟੋਮੈਟਿਕਲੀ ਸਹੀ ਹੋ ਗਿਆ। ਉਸਨੇ ਤੁਰਕਨ ਏ ਚਹਿਲਗਾਨੀ ਦੇ ਪ੍ਰਭਾਵ ਨੂੰ ਖਤਮ ਕੀਤਾ ਸੀ। ਹਾਂ ਬਿਲਕੁਲ, ਤੁਰਕਨ ਏ ਚਹਿਲਗਾਲੀ ਜਿਹੜਾ ਕਿ ਜਿਹਦੀ ਸ਼ੁਰੂਆਤ ਇਲਤੁਸਮਿਸ ਨੇ ਕੀਤੀ ਸੀ ਉਹਨੂੰ ਜਿਹੜਾ ਖਤਮ ਸੀ ਉਹ ਵਾਕਿਆ ਬਲਬਨ ਨੇ ਕੀਤਾ ਸੀ। ਤੇ ਉਹਨੇ ਬੰਗਾਲ ਦੀ ਬਗਾਵਤ ਨੂੰ ਦਬਾਇਆ ਸੀ? ਹਾਂ ਬਿਲਕੁਲ ਦਬਾਇਆ ਸੀ। ਤਾਂ ਆਂਸਰ ਫਿਰ ਕਿਹੜਾ ਆ ਗਿਆ? ਆਂਸਰ ਬੀ ਆ ਗਿਆ, ਕਿਉਂਕਿ ਜਿਹੜਾ ਏਕਤਾ ਪ੍ਰਣਾਲੀ ਸੀ ਉਹ ਸ਼ੁਰੂਆਤ ਕਿਹਨੇ ਕੀਤੀ ਸੀ? ਉਹ ਇਲਤੁਸਮਿਸ ਨੇ ਕੀਤੀ ਸੀ। ਇਸੇ ਕਰਕੇ ਵੇਖੋ, ਮੈਂ ਸਿੰਪਲੀਫਾਈ ਕਰਕੇ ਚੀਜ਼ਾਂ ਸਮਝਾ ਰਿਹਾ। ਬੜੀਆਂ ਔਖੀਆਂ ਔਖੀਆਂ ਚੀਜ਼ਾਂ ਨੂੰ ਅਸੀਂ ਅੰਡਰਸਟੈਂਡ ਇਸ ਤਰੀਕੇ ਨਾਲ ਕਰਾਂਗੇ, ਇਸ ਤਰੀਕੇ ਨਾਲ ਅਸੀਂ ਸਾਰੀ ਜਿਹੜੀ ਕਲਾਸਾਂ ਨੂੰ ਅਸੀਂ ਸਮਝਾਂਗੇ। ਆ ਇਹਦੀ ਸਾਰੀ ਜਿਹੜੀ ਐਕਸਪਲੇਨੇਸ਼ਨ ਆ, ਕਿੱਡੀ ਸੋਹਣੀ ਮੈਂ ਐਕਸਪਲੇਨੇਸ਼ਨ ਆ ਤੁਹਾਡੇ ਵਾਸਤੇ ਲੈ ਕੇ ਆਇਆ, ਠੀਕ ਹੈ। ਨਿਆਮਤ ਤੇ ਇਹ ਨਿਆਮਤ ਤੇ ਖੁਦਾਈ ਜਿਹੜੀ ਹੈਗੀ ਆ, ਰੱਬ ਦਾ ਪ੍ਰਤੀਨਿਧ ਆਪਣੇ ਆਪ ਨੂੰ ਦੱਸਿਆ, ਇਹ ਪਾਦੀਆਂ ਨੇ ਧਾਰਨ ਕੀਤੀ ਸੀ, ਠੀਕ ਹੈ। ਉਸ ਤੋਂ ਬਾਅਦ ਉਲਗੂ ਖਾਂ ਦਾ ਖਿਤਾਬ ਵੀ ਜਿਹੜਾ ਸੀ ਉਹ ਵੀ ਇਹਨੇ ਧਾਰਨ ਕੀਤਾ ਸੀ, ਠੀਕ ਹੈ। ਅਤੇ ਨਾਲ ਦੀ ਨਾਲ ਬੰਗਾਲ ਦੇ ਵਿੱਚ ਹੋਈ ਬਗਾਵਤ ਨੂੰ ਵੀ ਇਹਨੇ ਖਤਮ ਕੀਤਾ ਸੀ। ਤਾਂ ਇਕਤਾਦਾਰੀ ਪ੍ਰਣਾਲੀ ਜਿਹੜੀ ਹੈਗੀ ਸੀ ਉਹ ਇਲਤੁਸਮਿਸ ਨੇ ਪੇਸ਼ ਕੀਤੀ ਸੀ। ਤਾਂ ਇਸੇ ਤਰ੍ਹਾਂ ਹੀ ਮੇਰੇ ਪਿਆਰੇ ਬੱਚਿਓ, ਡੇਲੀ ਪੰਜ ਵਜੇ ਜਿਹੜਾ ਹੈਗਾ, ਠੀਕ ਹੈ। ਹੁਣ ਵੇਖੋ ਆਹ ਸਵਾਲ, ਲਾਸਟ ਸਵਾਲ ਅੱਜ ਦਾ ਰਹਿ ਗਿਆ, ਚਲੋ ਇਹ ਆਪਾਂ ਕਰ ਲੈਂਦੇ ਹਾਂ। ਪਰ ਉਹਦੇ ਤੋਂ ਪਹਿਲਾਂ ਮੈਂ ਕਹੂੰਗਾ ਡੇਲੀ 5 ਵਜੇ, ਕਿੰਨੇ ਵਜੇ? 5 ਵਜੇ ਆਪਣੀ ਲਾਈਵ ਕਲਾਸ ਜਿਹੜੀ ਆ, ਹਾਈ ਲੈਵਲ ਦੇ ਟੋਪਿਕ ਵਾਈਜ਼ MCQs, ਕਿਵੇਂ MCQs ਨੇ, ਟੋਪਿਕ ਵਾਈਜ਼ MCQs ਨੇ ਜਿਹੜੇ ਸਟਾਰਟ ਹੋ ਚੁੱਕੇ ਨੇ। ਜਿਹੜੇ ਵਿਦਿਆਰਥੀਆਂ ਨੇ ਪਹਿਲਾਂ MCQs ਨਹੀਂ ਵੇਖੇ ਉਹ ਦੁਬਾਰਾ ਦੇਖ ਸਕਦਾ ਹੈ। ਟੋਪਿਕ ਵਾਈਜ਼ MCQs ਜਿਹੜੇ ਨੇ ਉਹ ਚੱਲਦੇ ਨੇ। ਕਲਾਸ ਦਾ ਟਾਈਮ ਜਿਹੜਾ ਹੈਗਾ ਉਹ 5 ਵਜੇ ਦਾ। ਤਾਂ ਕਲਾਸ ਦਾ ਟਾਈਮ ਕਿੰਨੇ ਵਜੇ ਦਾ ਹੈ? 5 ਵਜੇ। ਡੇਲੀ ਲਾਈਵ ਕਲਾਸ ਇਹ ਰਹਿੰਦੀ ਆ 5 ਵਜੇ। ਤਾਂ ਇਸੇ ਕਰਕੇ 5 ਵਜੇ ਸਾਰੇ ਵਿਦਿਆਰਥੀ ਇਸ ਕਲਾਸ ਨੂੰ ਜੁੜਿਆ ਕਰੋ। ਇਹਨੂੰ ਪੂਰੀ ਕਲਾਸ ਜਿਹੜੀ ਆ ਤੁਹਾਡੇ ਵਾਸਤੇ ਧਮਾਕੇਦਾਰ ਕਲਾਸ ਆ ਜਿਹੜੀ ਉਹ ਲੈ ਕੇ ਆਏ ਹਾਂ, ਠੀਕ ਹੈ। ਤਾਂ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹੇਠਲੇ ਸੁਲਤਾਨਾਂ ਵਿੱਚੋਂ ਕਿੰਨੇ ਗੁਰਮੁਖਤੇਸ਼ਵਰ ਦੀ ਮਸਜਿਦ ਦੀਆਂ ਕੰਧਾਂ ਉੱਤੇ, ਕਿਤੇ ਗੜਮੁਖਤੇਸ਼ਵਰ ਦੀ ਮਸਜਿਦ ਦੀਆਂ ਕੰਧਾਂ ਉੱਤੇ ਸਿਲਾਲੇਖ ਵਿੱਚ ਆਪਣੇ ਆਪ ਨੂੰ ਖਲੀਫਾ ਦਾ ਸਹਾਇਕ ਕਿਹਾ? ਤਾਂ ਖਲੀਫਾ ਦਾ ਸਹਾਇਕ ਆਪਣੇ ਆਪ ਨੂੰ ਕਿਹਨੇ ਕਿਹਾ ਸੀ? ਗੁਰਮੁਖਤੇਸ਼ਵਰ ਦੀ ਮਸਜਿਦ ਦੀਆਂ ਕੰਧਾਂ ਉੱਤੇ
ਤਾਂ ਉਹ ਲਿਖਵਾਇਆ ਸੀ ਬਲਬਨ ਨੇ, ਇਹ ਆਂਸਰ ਜਿਹੜਾ ਹੈ ਉਹ ਸਹੀ ਆਊਗਾ। ਤਾਂ ਇਹ ਗੱਲ ਅੰਡਰਸਟੈਂਡ ਕਰਨੀ ਆ, ਤਾਂ ਇਹਦਾ ਆਂਸਰ ਕਿਹੜਾ ਆਊਗਾ? ਠੀਕ ਹੈ, ਤਾਂ ਉਹ ਬਲਬਨ ਆਊਗਾ, ਬਲਬਨ ਜਿਹੜਾ ਹੈ ਉਹ ਇਹਦਾ ਆਂਸਰ ਆਊਗਾ। ਇਸੇ ਕਰਕੇ ਫਿਰ ਮੈਂ ਸਾਰੇ ਵਿਦਿਆਰਥੀਆਂ ਨੂੰ ਲਾਸਟ ਵਾਰੀ ਕਹੀ ਜਾ ਰਿਹਾ, ਤਾਂ ਡੇਲੀ ਕਲਾਸ, ਹੁਣ ਜਿੰਨੇ ਵਿਦਿਆਰਥੀ ਮੇਰੇ ਨਾਲ ਹੁਣ ਆ ਜੁੜੇ ਹੋਏ ਨੇ, ਸਾਰਿਆਂ ਨੇ ਕਲਾਸ ਦਾ ਸਟੇਟਸ ਲਾ ਲੈਣਾ, ਸਾਰੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨੀ ਆ। ਕਲਾਸ ਵਾਕਈ ਬਹੁਤ ਤਗੜੀ ਕੁਆਲਿਟੀ ਦੀ ਕਲਾਸ ਰਹਿੰਦੀ ਆ, ਤਾਂ ਡੇਲੀ 5 ਵਜੇ ਲਾਈਵ ਕਲਾਸ ਤੁਹਾਡੀ ਰਹੂ ਕਰੂਗੀ। ਡੇਲੀ 5 ਵਜੇ ਲਾਈਵ ਕਲਾਸ ਜੁੜਿਆ ਕਰੋ। ਇਸ ਕਲਾਸ ਦੇ ਵਿੱਚ ਅਸੀਂ ਇਤਿਹਾਸ ਨੂੰ ਜਾਣਾਂਗੇ, ਇਤਿਹਾਸ ਦਾ ਐਨਾਲਾਈਜ਼ ਕਰਾਂਗੇ, ਇਤਿਹਾਸ ਨੂੰ ਅੰਡਰਸਟੈਂਡ ਕਰਾਂਗੇ, ਅਤੇ ਲੈਕਚਰ ਕੈਡਰ, ਮਾਸਟਰ ਕੈਡਰ ਚੰਡੀਗੜ੍ਹ PGT, PGT ਦੇ ਵਿੱਚ ਟੌਪ ਕਰਨ ਦੀ ਜਿਹੜੀ ਆਪਣੇ ਸੁਪਨੇ ਨੂੰ ਆ ਉਹ ਸਾਕਾਰ ਕਰਾਂਗੇ। ਆਪਣਾ ਜਿਹੜਾ ਸਮਾਂ ਹੈ ਉਹ ਹਮੇਸ਼ਾ ਟੌਪ ਦਾ ਹੀ ਰਹੂਗਾ ਕਿ ਅਸੀਂ ਇਹਦੇ ਵਿੱਚ ਟੌਪ ਹੀ ਕਰ ਸਕੀਏ।